ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਗੱਲਬਾਤ ਦਾ ਵਿਸ਼ਾ ਰਹੇਗਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਇੱਕ ਆਵਾਜ਼ ਉੱਠਦੀ ਹੈ ਕਿ ਪੰਜਾਬ ਇਸ ਵੇਲੇ ਬਦਲਾ ਮੰਗਦਾ ਜੇ ਇਸ ਵਾਰ ਬਦਲਾ ਨਾ ਹੋਇਆ ਤਾਂ ਅੱਗੋਂ ਜਿਹੜੀ ਉਹ ਬਦਲਾ ਦੀ ਉਮੀਦ ਜਿਹੜੀ ਆ ਉਹ ਪੰਜਾਬੀਆਂ ਨੂੰ ਛੱਡ ਦੇਣੀ ਚਾਹੀਦੀ ਆ ਜਿਹੜੇ ਕਹਿੰਦੇ ਕਿ ਰੰਗਲਾ ਪੰਜਾਬ ਬਣਾ ਦੇਾਂਗੇ ਨਵਾਂ ਪੰਜਾਬ ਬਣਾ ਦੇਾਂਗੇ ਇੱਕ ਮੌਕਾ ਸਾਨੂੰ ਦਿਓ ਸਵਾਲ ਬੜੇ ਤਰ੍ਹਾਂ ਦੇ ਉੱਠਦੇ ਨੇ ਸੁੱਤੇ ਅਸੀਂ ਗੱਲਬਾਤ ਕਰਾਂਗੇ ਦੂਜਾ ਇਹ ਕਿ ਭਗਵੰਤ ਮਾਨ ਹੋਰਾਂ ਨੂੰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਇਹਦਾ ਅਸਰ ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਮੁੱਦਿਆਂ ਤੇ ਕਿੱਦਾਂ ਦਾ ਪੈਣਾ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਸ਼ੁਕਰੀਆ ਜੀ ਬਾਕੀ ਡਾਕਟਰ ਸਾਹਿਬ ਪੰਜ ਜੀ ਫਰੰਟ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਵੇਲੇ ਕਿਸਾਨਾਂ ਦੇ ਮੋਰਚੇ ਤੋਂ ਲੈ ਕੇ ਬਾਕੀ ਰਵਾਇਤੀ ਪਾਰਟੀਆਂ ਆਮ ਆਦਮੀ ਪਾਰਟੀ ਵਗੈਰਾ ਬਦਲ ਦੀ ਗੱਲ ਜਦੋਂ ਹੁੰਦੀ ਹੈ ਕਿ ਕਿਸ ਤਰ੍ਹਾਂ ਦਾ ਬਦਲ ਲੋਕ ਮੰਗਦੇ ਨੇ ਕੀ ਇਹਨਾਂ ਵਿੱਚੋਂ ਕੋਈ ਬਦਲ ਇਹੋ ਜਿਹਾ ਹੈ ਜਿਹੜਾ ਪੰਜਾਬ ਦੀ ਕਿਸਮਤ ਨੂੰ ਪੰਜਾਬ ਦੇ ਭਵਿੱਖ ਨੂੰ ਬਦਲ ਸਕਦਾ ਮੈਂ ਤਾਂ 5:00 ਵਜੇ ਇੱਕ ਹੋਰ 8-10 ਕੋਈ ਛੋਟੇ-ਛੋਟੇ ਗੁਰਪੰਚ ਪਰਣਾ ਇਕੱਠੇ ਹੋ ਕੇ ਇੱਕ ਹੋਰ ਬਾਰਾ ਨੇ ਬਣਾ ਲਿਆ ਅਸੀਂ 12 ਆ ਗਏ ਆ ਤੇ ਉਹ ਇੱਕੋ ਨਾਂ ਦੇ ਕਿਸਾਨ ਮਜ਼ਦੂਰ ਜੀ ਫਰਾਣਾ ਮਜ਼ਦੂਰ ਜੀ ਕਿਸਾਨ ਪੜਾਈ ਜੋਗੀ ਹੈ ਸੋ ਇਹ ਪੰਜ ਵੱਡੇ ਨੇ ਇਹਦੇ ਵਿੱਚ ਦਿੱਤੋ ਚ ਕੁ ਸਵਾਲ ਹੈ ਵੀ ਪੰਜਾਬ ਦੇ ਬਾਰੇ ਇਹ ਕਹਿਣਾ ਪਹਿਲਾਂ ਮੈਂ ਸਵਾਲ ਹੀ ਕਹਾਗਾ ਵੀ ਜੇ ਹੁਣ ਪੰਜਾਬ ਦਾ ਭ੍ਰਿਖਨਾਸ ਸੁਧਰਿਆ ਤਾਂ ਕਦੀ ਸੁਧਰਨਾ ਨਹੀਂ ਇਹ ਮੈਨੂੰ ਠੀਕ ਨਹੀਂ ਲੱਗਦੀ ਗੱਲ ਨਾ ਤਾਂ ਹੁਣ ਪੂਰਾ ਸੁਧਰ ਸਕਣਾ ਤੇ ਨਾ ਇਹ ਵੀ ਜੇ ਹੁਣ ਨਾ ਸੁਧਰ ਤੱਕ ਦੀ ਵੀ ਨਹੀਂ ਸੁਧਰਨਾ ਇਹ ਦੋਨੇ ਗੱਲਾਂ ਮੈਨੂੰ ਜਚਦੀਆਂ ਨਹੀਂ ਵੀ ਹੁਣ ਸੁਧਰ ਜੂਗਾ ਪੂਰਾ ਜਾਂ ਜੇ ਹੁਣ ਨਾ ਸੁਧਦਾ ਫਿਰ ਸੁਧਰਨਾ ਹੀ ਨਹੀਂ ਇਹ ਦੋਨੇ ਗੱਲਾਂ ਜਿਹੜੀਆਂ ਨੇ ਇਹ ਨਾ ਤਾਂ ਵਿਗਿਆਨਕ ਅਧਾਰ ਤੇ ਠੀਕ ਨੇ ਨਾ ਸਮਾਜਿਕ ਅਧਾਰ ਤੇ ਠੀਕ ਨੇ ਨਾ ਹੀ ਇਹ ਅਸੀਂ ਜਿਹੜਾ ਇਤਿਹਾਸ ਦੇਖੀਏ ਉਹਦੇ ਅਧਾਰ ਤੇ ਠੀਕ ਨਹੀਂ ਸੋ ਇਸ ਕਰਕੇ ਮਨੁੱਖੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਆ ਮਨੁੱਖ ਦਾ ਸੁਭਾਅ ਮਨੁੱਖੀ ਸੁਭਾਅ ਜਿਹੜਾ ਹੈ ਉਹ ਬਦਨਾ ਦਾ ਹੁੰਦਾ ਹੈ ਇਹ ਠੀਕ ਹੈ ਪਿੱਛੇ ਜਾ ਪੈਂਦੀ ਹੈ ਕਈ ਵਾਰੀ ਕੋਈ ਗੱਲ ਮੌਕੇ ਤੇ ਹਿੱਟ ਨਾ ਮਾਰੀ ਜਾਵੇ ਉਹ ਗੇਂਦ ਦੂਜੇ ਪਾਸੇ ਚਲੀ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਹੁੰਦਾ ਦੁਬਾਰਾ ਗੇਂਦ ਪਲੇਟ 'ਚ ਆਉਣੀ ਨਹੀਂ ਸੋ ਇਸ ਕਰਕੇ ਇਹ ਦੂਜੀ ਗੱਲ ਹੈ ਤੀਜੀ ਗੱਲ ਜਿਹੜੀ ਇਹ ਹੈ ਕਿ ਹੁਣ ਚੋਣਾਂ ਨੂੰ ਜਦ ਅਸੀਂ ਸਾਡੇ ਇੱਕ ਵੱਡਾ ਦੁਖਾਂਤ ਹੋ ਗਿਆ ਹੈ ਕਿ ਸਾਡੇ ਸਿਆਸਦਾਨ ਨੇ ਪਿਛਲੇ 30 ਸਾਲਾਂ ਤੱਕ ਇਹ ਸਿਰ ਜਤਾ ਵੀ ਚੋਣਾਂ ਹੀ ਬਦਲਾ ਦਾ ਇੱਕ ਤਰੀਕਾ ਹੈ ਚੋਣਾਂ ਹੀ ਬਦਲਾ ਦੇਣਗੀਆਂ ਤੇ ਚੋਣਾਂ ਨੂੰ ਅੱਗੇ ਬਣਾ ਲਿਆ ਚਿਹਰੇ ਨਾਲ ਪਹਿਲਾਂ ਪਾਰਟੀਆਂ ਨਾਲ ਬਣਾਇਆ ਸੀ ਪਾਰਟੀਆਂ ਤੋਂ ਹੌਲੀ-ਹੌਲੀ ਉੱਤਰ ਦੇ ਉੱਤਰ ਦੇ ਹੁਣ ਪਾਰਟੀ ਦਾ ਕੋਈ ਨਹੀਂ ਹੁਣ ਚਿਹਰੇ ਨਾਲ ਹੋ ਗਿਆ ਤੇ ਉਹਦੇ ਵਿੱਚ ਕੋਈ ਮਸੀਹਾ ਲੱਭਣ ਵਾਲੀ ਆਪਤ ਪਾਤੀ ਤੇ ਸਾਰਾ ਆਪਣੇ ਪਰਿਵਾਰ ਦੇ ਵਿੱਚ ਰੱਖ ਲੋ ਆ ਜਿਹੜੀ ਇੱਕ ਪਾਰਟੀ ਦਾ ਪਿੱਛੇ ਮੈਂ ਦਿਖ ਰਿਹਾ ਸੀ ਵੀ ਸਾਰੇ ਜਿਲ੍ਹਿਆਂ 'ਚ ਆਪਦੇ ਰਿਸ਼ਤੇਦਾਰ ਨੂੰ ਚੁਟਾਂ ਦਵਾ ਦੋ ਚਾਹੇ ਉਹ ਗੁਰਦਾਸਪੁਰ ਹੈ ਚਾਹੇ ਉਹ ਜਲੰਧਰ ਹੈ ਚਾਹੇ ਉਹ ਬਰਨਾਲਾ ਹੈ ਚਾਹੇ ਉਹ ਪਟਿਆਲਾ ਹੈ ਚਾਹੇ ਉਹ ਫਤਿਹਗੜ੍ਹ ਸਾਹਿਬ ਹੈ ਵੀ ਹਰ ਜਗ੍ਹਾ ਤੇ ਤੁਸੀਂ ਆਪਦੀ ਬੰਦੇ ਪਿੱਟ ਕਰੀ ਜੋ ਪਰਿਵਾਰ ਦੀ ਚਾਹੇ ਰੋਪੜਾ ਹੈ ਉਹਦੇ ਨਾਲ ਕੀ ਨੁਕਸਾਨ ਹੁੰਦਾ ਹੈ ਵੀ ਉਹ ਸਿਆਸਦਨ ਤਾਂ ਸਾਰੇ ਕਹਿੰਦੇ ਨਹੀਂ ਨਹੀਂ ਮੈਂ ਤਾਂ ਸੇਵਾ ਵਾਸਤੇ ਜਾਂਦਾ ਔਰ ਜੀਨੋ ਟਿਕਟਨੀ ਮੈਂ ਤਾਂ ਕਹਿੰਦਾ ਮੈਂ ਦੂਜੇ ਪਾਸੇ ਜਾਣ ਨੂੰ ਤਿਆਰ ਹੁਣ ਕੋਈ ਬਰਨਸੋ ਐਕੀ ਜੇ ਤੁਸੀਂ ਦੇਖੋਗੇ ਆਪਾਂ ਬਦਰਾ ਦੀ ਕਿੰਨੀ ਵੱਡੀ ਆਫਸ ਰੱਖਣਗੇ ਐਸ ਵੀ ਤਾਂ ਛਾਲ ਨਹੀਂ ਬਹੁਤ ਜ਼ਿਆਦਾ ਮਾਰ ਰਹੇ ਨੇ ਜਿੱਥੇ ਜਿਸ ਵੇਲੇ ਪਾਰਟੀਆਂ ਚੋਂ ਇੱਕ ਦੂਜੇ ਪਾਸੇ ਪਾਲਟ ਪੰਚ ਕੋਈ ਜਰਾ ਵੀ ਝਿਜਕ ਨਾ ਹੋਵੇ ਸਿਰਫ ਉਹਦੀ ਪਾਲਟ ਪੰਚ ਦਾ ਕਾਰਨ ਟਿਕਟ ਮਿਲਣਾ ਜਾਂ ਨਾ ਮਿਲਣਾ ਹੀ ਹੋਵੇ ਉਹਨਾਂ ਤੋਂ ਤੁਸੀਂ ਕੋਈ ਬਦਰਾ ਦੀ ਆਸ ਰੱਖ ਸਕਦੇ ਮੈਨੂੰ ਤਾਂ ਲੱਗਦੀ ਸੋ ਇਸ ਕਰਕੇ ਇਹ ਸਮਝਣਾ ਕਿ ਕੱਲੀਆਂ ਚੋਣਾ ਹੀ ਬਦਲਾ ਦਾ ਤਰੀਕਾ ਨੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਲੜਾਈ ਖੜੀ ਉਹਨੇ ਤੁਹਾਡੇ ਖਿਆਲ ਚ ਛੋਟਾ ਬਦਲਾ ਲੈਂਦਾ ਉਹ ਬਦਲਾ ਕਿਹੜੀਆਂ ਚੋਣਾ ਰਹੀ ਆਇਆ ਓਡਾ ਤਾਂ ਕਦੇ ਕਿਸੇ ਚੋਣਾ ਵਾਲੇ ਲੜਾਈ ਨਹੀਂ ਸਕੇ ਜਿੱਦਾਂ ਉਹਨਾਂ ਨੇ ਲਿਆਤਾ ਸੋ ਬਦਲਾ ਬਦਅਨ ਸਵਾਵਾ ਲੋਕ ਸਵਾ ਰਾਸ ਸਵਾ ਸਦਨਾ ਦੇ ਅੰਦਰ ਵੀ ਬਦਲਾ ਆਉਂਦੇ ਨੇ ਇਹ ਨਹੀਂ ਕਿ ਬਿਲਕੁਲ ਨਹੀਂ ਆਉਂਦੇ ਔਰ ਸਦਨਾ ਦੇ ਬਾਹਰ ਵੀ ਆਉਂਦੇ ਨੇ ਸਦਨ ਦੇ ਅੰਦਰ ਦਾ ਬਦਲਾ ਉਦੋਂ ਚੰਗਾ ਬੰਦ ਹੈ ਜਦ ਬਾਹਰਲਾ ਬਦਲਾ ਤਕੜਾ ਹੋਵੇ ਸੰਯੁਕਤ ਕਿਸਾਨ ਮੋਰਚੇ ਨੇ ਇਹ ਦੋਨੇ ਗੱਲਾਂ ਜੋ ਮੈਂ ਕਹਿ ਰਿਹਾ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਇਹ ਚਾਸਕ ਤੌਰ ਤੇ ਠੀਕ ਨੇ ਵਿਗਿਆਨਕ ਤੌਰ ਤੇ ਠੀਕ ਨੇ ਇਹ ਹੁਣ ਸਾਹਮਣੇ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਸਾਬਤ ਕਰਤੀਆਂ ਕਿਵੇਂ ਪੰਜਾਬ ਵਿਧਾਨ ਸਭਾ ਨੇ ਉਹਨਾਂ ਦੇ ਹੱਕ ਚ ਪਾਸ ਕਰਿਆ ਦੋ ਵਾਰੀ ਵਿਧਾਨ ਸਭਾ ਦੇ ਅੰਦਰ ਪ੍ਰੈਸ਼ਰ ਕਿਦਾ ਹੋਇਆ ਕਿਸਾਨਾਂ ਦਾ ਅਕਾਲੀ ਦਲ ਨੇ ਬਜੀਲੀ ਛੱਡੀ ਐਂਡੀਆ ਨਾਲ ਨਾਤਾ ਤੋੜਿਆ ਦੋਕਸਾ ਦੇ ਅੰਦਰ ਪ੍ਰੈਸ਼ਰ ਕਿਦਾ ਹੋਇਆ ਫਿਰ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਕਿਸਾਨਾਂ ਦਾ ਵਿੱਪ ਮੰਨ ਕੇ ਕਿਸਾਨਾਂ ਦੇ ਹੱਕ ਚ ਨਾ ਰੇ ਲਾਇਆ ਕਾਂਗਰਸੀ ਵਰ ਕੱਲੀ ਇਕੱਠੇ ਹੋ ਕੇ ਨਾ ਰੇ ਲਾਈ ਜਦਕਿ ਅਦਰ ਵਿੱਚ ਤੋਂ ਇਕੱਠੇ ਹੋਣ ਚਾਹ ਨਹੀਂ ਬਿਲਕੁਲ ਇਹ ਅੰਦਰਲਾ ਬਦਲਾ ਕੀਨੇ ਕਰਿਆ ਬਾਹਰ ਜਾ ਨੇ ਫਿਰ ਕਿਸਾਨਾਂ ਦੇ ਵਿੱਚ 11 ਐਮਪੀ ਨੂੰ ਲੈ ਕੇ ਛਲੀਮਤੀ ਹਰਸ਼ਿੰਦਰ ਸਿੰਘ ਤੇ ਕੋਰ ਬਾਦਲ ਲੇਡੀ ਐਮਪੀਜ਼ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉੱਥੇ ਜਾਣ ਦੀ ਕੋਸ਼ਿਸ਼ ਕਰੀ ਉਹ ਗਦਵਖਰੀਆ ਬੀਜੇਪੀ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਪਰ ਉਹ ਪਾਰਲੀਮੈਂਟ ਦੇ ਅੰਦਰ ਦਾ ਬਦਲਾ ਸੀ ਨਾ ਕਿਉਂਕਿ ਤਾਂ ਪਾਰਲੀਮੈਂਟ ਦੇ ਮੈਂਬਰ ਸੀਗੇ ਨਾ ਸੋ ਉਸ ਤੋਂ ਅੱਗੇ ਕੀ ਹੋਇਆ ਕਿ ਜਿਹੜੇ ਕਾਨੂੰਨ ਵਾਪਸ ਕੈਬਨਿਟ ਨੂੰ ਵੀ ਪਾਸ ਕਰੇ ਲੋਕ ਸਭਾ ਚੋਂ ਪਾਸ ਹੋਈ ਰਾਜ ਸਭਾ ਚੋਂ ਪਾਸ ਹੋਈ ਹਾਂ ਰੱਦ ਇਹ ਲੋਕ ਸਭਾ ਤੇ ਰਾਜ ਸਭਾ ਦੇ ਅੰਦਰ ਬਦਲਾ ਕਿਹਨੇ ਕਰਿਆ ਬਾਹਰ ਨਹੀਂ ਬਦਲਾ ਨਹੀਂ ਬਿਲਕੁਲ ਸੋ ਇਹ ਦੋਨੇ ਬਦਲਾਵਾਂ ਨੂੰ ਆਪਸ ਵਿੱਚ ਜੁੜਿਆ ਦੇਖਣ ਦੀ ਲੋੜ ਹੈ ਅੰਦਰਲੇ ਬਦਲਾ ਬਦਲਾਦੀ ਆਪਦੀ ਮਹੱਤਤਾ ਹੈ ਬਾਹਰਲੇ ਬਦਲਾਦੀ ਆਪਦੀ ਮਹੱਤਤਾ ਹੈ ਪਰ ਅੰਦਰਲਾ ਬਦਰਾ ਹੁੰਦਾ ਤਾਂ ਹੈ ਹੁਣ ਜੇ ਗਿਵਨ ਸਿਚੁਏਸ਼ਨ ਚ ਅੱਜ ਦੀ ਸਿਚੁਏਸ਼ਨ ਚ ਜੇ ਬਾਹਰਲਾ ਬਦਲਾ ਹੋਏਗਾ ਜੇ ਬਾਹਰ ਬਦਲਾ ਤਕੜਾ ਨਹੀਂ ਖੜਾ ਤਾਂ ਅੰਦਰਲੇ ਨਹੀਂ ਕੁਝ ਕਰਦੇ ਇਹ ਤੁਸੀਂ ਹੁਣ ਦੇਖੋ ਕਿਵੇਂ ਆ ਪਾਰਟੀ ਦੇ ਵੀ ਦੇ ਵਿੱਚੋਂ ਕਿੰਨੇ ਟੁੱਟੇ ਕਿਉਂਕਿ ਬਾਹਰ ਬਦਲਾ ਕੋਈ ਨਹੀਂ ਸੀ ਬਾਹਰ ਜ਼ਵਾ ਕੋਈ ਨਹੀਂ ਸੀ ਵੀ ਤੁਸੀਂ ਟੁੱਟ ਕੇ ਜਾਣੋ ਬੋਲੋ ਵੀ ਕਿਵੇਂ ਜਾਣੋ ਅਜ ਤਾਂ ਤੁਹਾਨੂੰ ਵੋਟ ਪਈ ਭੱਜ ਭੱਜ ਕੇ 26 ਨੂੰ ਅਸੀਂ ਸੈਕੰਡ ਜੇ ਲਿਆ ਤਾਂ ਹੈਂ ਤਾਂ ਇਹਨਾਂ ਚਾਰ ਐਮਪੀ ਜਿੱਤੇ ਉਹਨਾਂ ਦਾ ਮੂੰਹ ਇੱਕ ਦੂਜੇ ਦੇ ਉਲਟ ਹੀ ਰਿਹਾ ਕਿਉਂਕਿ ਬਾਹਰ ਦਾ ਦਬਾਅ ਨਹੀਂ ਸੀ ਸੋ ਅੰਦਰਲਾ ਦਬਾਅ ਸਦਨਾਂ ਦੇ ਅੰਦਰ ਸਦਨਾਂ ਦੇ ਮੈਂਬਰਾਂ ਰਾਹੀਂ ਸਮਾਜ 'ਚ ਬਦਲਾਅ ਤਾਂ ਲਿਆਂਦਾ ਜਾ ਸਕਦਾ ਹੈ ਜੇ ਲੋਕਾਂ ਦਾ ਦਬਾਅ ਹੋਏਗਾ ਸੋ ਜੇ ਲੋਕਾਂ ਦਾ ਦਬਾਅ ਨਹੀਂ ਤਾਂ ਨਹੀਂ ਹੁੰਦਾ ਇਸ ਕਰਕੇ ਅੱਜ ਇਹ ਕਹਿਣਾ ਕਿ ਵੀ ਇਹ ਬਦਲਾਅ ਆਏਗਾ ਬਦਲਾਅ ਤਾਂ ਸਰਕਾਰ ਦਾ ਬਦਲਾਅ ਤਾਂ ਹੋ ਹੀ ਗਈ ਚਾਹੇ ਉਹ ਸਰਕਾਰ ਕਿਸੇ ਇੱਕ ਪਾਰਟੀ ਦੀ ਬਣੇ ਚਾਹੇ ਮਿਲਗੋਬੇ ਦੀ ਬਣੇ ਚਾਹੇ ਸੌਦੇਬਾਜ਼ੀ ਚ ਬਣੇ ਚਾਹੇ ਕੋਈ ਜਿਵੇਂ ਕਈ ਸੂਬਿਆਂ ਚ ਬੀਜੇਪੀ ਨੇ ਸਰਕਾਰ ਬਣਾਈ ਸੀ ਇਦਾਂ ਕੋਈ ਦਾਣੇ ਛੁੱਟ ਕੇ ਸਰਕਾਰ ਬਣੇ ਕੁਝ ਵੀ ਤਰੀਕੇ ਹੋ ਸਕਦੇ ਨੇ ਸਰਕਾਰ ਤਾਂ ਬਣਨੀ ਹੋਈ ਆ ਸਰਕਾਰ ਸਰਕਾਰ ਬਣਦਾ ਮਤਲਬ ਸਰਕਾਰ ਬਦਲਣਾ ਹੁੰਦਾ ਨਾ ਕਿ ਜ਼ਰੂਰੀਆ ਵੀ ਉਹ ਲੋਕਾਂ ਦੀ ਜ਼ਿੰਦਗੀ ਚ ਜਾਂ ਮੁੱਦਿਆਂ ਚ ਬਦਲਾਅ ਹਾਂਜੀ ਹੁੰਦਾ ਇਹ ਜਦੋਂ ਅਸੀਂ ਬਦਲਾ ਦੀ ਗੱਲ ਕਰਦੇ ਆ ਇੱਕ ਤਾਂ ਸਿਆਸੀ ਨਜ਼ਰੀਏ ਤੋਂ ਦੇਖਿਆ ਜਾਂਦਾ ਬਦਲਾ ਜਿਹੜੇ ਸਿਆਸਤਦਾਨ ਦੇਖਦੇ ਨੇ ਕਿ ਇਸ ਤਰ੍ਹਾਂ ਦਾ ਬਦਲਾ ਇੱਕ ਉਹ ਬਦਲਾ ਆਮ ਲੋਕ ਚਾਹੁੰਦੇ ਨੇ ਕਿ ਇਹ ਬਦਲਾ ਹੋਣਾ ਚਾਹੀਦਾ ਮੈਂ ਕਹਿੰਦਾ ਤੁਸੀਂ ਇਹਨਾਂ ਦੋਨਾਂ ਨੂੰ ਥੋੜਾ ਖੋਲ ਕੇ ਦੱਸਿਓ ਕਿ ਸਿਆਸਤਦਾਨ ਕਿਸ ਨਜ਼ਰੀਏ ਤੋਂ ਬਦਲਾ ਮੰਗਦਾ ਤੇ ਆਪ ਲੋਕ ਕੀ ਮੰਗਦੇ ਨੇ ਤੇ ਮਿਲਦਾ ਕੀ ਆ ਦਿਖਾਇਆ ਕੀ ਜਾਂਦਾ ਬਿਲਕੁਲ ਵਧੀਆ ਸਵਾਲ ਆ ਇਹ ਮੈਂ ਲਗਦਾ ਪਹਿਲੀ ਵਾਰੀ ਇਹ ਮੈਨੂੰ ਕਰੇ ਕਿਸੇ ਨੇ ਸਵਾਲ ਤੁਸੀਂ ਕਰਿਆ ਇਹ ਜੀ ਸੋ ਵਾਲੇ ਹੈ ਵੀ ਸਾਸ ਨਾਲ ਇਹ ਬਦਲਾ ਮੰਗਦਾ ਵੀ ਮੈਨੂੰ ਤਾਕਤ ਦਿਓ ਬਸ ਇਦੋਂ ਅੱਗੇ ਉਹ ਬਦਲਾ ਦੀ ਗਾਹਾਂ ਕੀ ਕਰੂ ਕੀ ਨਹੀਂ ਕਰੂ ਅਗਲਾ 파ਟ ਹੈ ਪਹਿਲਾ ਕੰਮ ਉਹਦਾ ਇਹ ਹੈ ਵੀ ਉਹ ਬਦਲਾ ਉਸ ਨੂੰ ਸਮਝਦਾ ਜਿਉ ਨੂੰ ਤਾਕਤ ਮਿਲਦੀ ਹੈ ਚਾਹੇ ਕਿਸੇ ਪਾਰਟੀਆਂ ਦੇ ਅੰਦਰ ਆਪ ਸਿਚੁਏਟ ਹੈ ਉੱਥੇ ਉਹ ਕਹਿੰਦਾ ਮੈਨੂੰ ਦੇ ਦਿਓ ਉਹ ਕਹਿੰਦਾ ਮੈਨੂੰ ਦੇ ਦਿਓ ਚਾਹੇ ਉਹ ਬਾਹਰ ਪੇੜ ਹੈ ਉਹ ਕਹਿੰਦਾ ਇਹ ਪਾਰਟੀ ਨੂੰ ਉਹਨਾਂ ਦੇ ਉਸ ਪਾਰਟੀ ਨੂੰ ਦੇ ਦਿਓ ਹਰੇਕ ਦਾ ਜਿਹੜਾ ਹੁਣ ਅਮਰਿੰਦਰ ਸਿੰਘ ਦਾ ਹੋਰ ਕੀ ਪੇੜ ਹੈ ਤਾਕਤ ਲੈਂਦਾ ਹੀ ਹੈ ਨਾ ਪਹਿਲਾਂ ਤਾਂ ਤਾਕਤ ਮਿਲੀ ਉਹ 3.5 ਸਾਲ ਸੁੱਤੇ ਹੀ ਰਹੇ 300 ਸਾਫ ਹੋਰਾਂ ਦਾ ਕੀ ਹੈਗਾ ਬਦਲਾ ਦਾ ਮਤਲਬ ਤਾਕਤ ਲੈ ਨਹੀਂ ਹੈ ਨਾ ਨਹੀਂ ਤਾਂ ਸਿੱਖਣ ਨਾਲ ਤਾਂ ਬੀਜੇਪੀ ਦੀ ਕੋਈ ਸਿਆਸਤ ਤੇ ਕੋਈ ਉਹਨਾਂ ਦਾ ਧਰਮ ਦਾ ਤੋਰੀਕਾ ਤਾਂ ਮਿਲਦਾ ਨਹੀਂ ਆ ਉਹ ਤਾਂ ਕੋਈ ਬਲਕਿ ਆ ਵੀਰ ਬਾਲਕ ਹੋਰ ਬੜਾ ਕੁਝ ਕਰਕੇ ਬਹੁਤ ਕੋ ਸਵਾਲ ਨੇ ਉਹਨਾਂ ਤੇ ਸੋ ਇਸ ਕਰਕੇ ਤਾਕਤ ਨੈਨ ਦਾ ਜਿਹੜਾ ਹੈਗਾ ਉਹਨੂੰ ਉਹ ਬਦਲਾ ਸਮਝਾ ਅੱਜ ਸਿਆਸਤਦਾਨ ਜਿਹੜੇ ਵੀ ਸਿਆਸਤ ਚ ਕੁਦਦੇ ਨੇ ਉਹ ਤਾਕਤ ਲੈਣ ਨੂੰ ਬਦਲਾ ਸਮਝ ਰਹੇ ਨੇ ਕਿ ਲੋਕਾਂ ਨੂੰ ਇਹ ਦੱਸ ਰਹੇ ਨੇ ਕਿ ਤਾਕਤ ਨਾਲ ਹੀ ਤਾਂ ਅਸੀਂ ਤੁਹਾਡੀ ਜ਼ਿੰਦਗੀ ਬਦਲਾਂਗੇ ਇਹ ਲੋਕਾਂ ਦਾ ਕਿਹਾ ਵੀ ਹਾਂ ਗੰਤਾ ਸੱਚੀ ਹੈ ਜੇ ਨਾ ਕੋ ਤਾਕਤ ਹੋ ਤਾਂ ਹੀ ਬਦਲਣਗੇ ਪਰ ਮੋٹے ਤੌਰ ਤੇ ਸਾਰੇ ਤਾਂ ਨਹੀਂ ਸਿਆਸਦਾਨ ਉਹ ਜੇ ਚੰਗੇ ਸਿਆਸਦਾਨ ਹੈਗੇ ਨੇ ਕੱਦਾਬਾਰ ਨੇਤਾ ਹੈਗੇ ਨੇ ਪਰ ਬਹੁਤੇ ਸਿਆਸਦਾਨ ਇਹ ਕਹਿੰਦੇ ਨੇ ਵੀ ਜੇ ਸਾਨੂੰ ਤਾਕਤ ਮਿਲੂਗੀ ਬਸ ਉਹ ਬਦਲਾਈ ਇਸੇ ਕਰਕੇ ਜਿਹੜਾ ਪਹਿਲੀ ਗੱਲ ਮੈਂ ਕਹੇ ਕਿ ਹਟਾਈ ਇਸੇ ਕਰਕੇ ਉਹ ਛਾਲਾ ਮਾਰ ਕੇ ਦੂਜੀਆਂ ਪਾਰਟੀਆਂ ਜਾਂਦੇ ਨੇ ਜੇ ਟਿਕਟ ਨਹੀਂ ਮਿਲਿਆ ਤੁਸੀਂ ਲੜੋ ਆਪਾਂ ਕਾਂਗਰਸ ਪਾਰਟੀ ਲੜੋ ਇੱਕੋ ਸਥਾਨ ਟਿਕਟੇ ਨਹੀਂ ਮਿਲ ਨਹੀਂ ਆਨੇ ਨਾ ਤੇ ਕਾਂਗਰਸ ਦੇ ਵਰਕਰ ਤਾਂ ਬਹੁਤ ਜ਼ਿਆਦਾ ਨੇ 20% ਤਾਂ ਜੀ ਪੱਕੀ ਵੋਟ ਹੈ ਕਿ ਫਿਰ ਜੋ ਛਾਲਾ ਮਾਰ ਕੇ ਦੂਜੇ ਪਾਸੇ ਜਾਂਦੇ ਨੇ ਵੀ ਜੇ ਟਿਕਟ ਨਹੀਂ ਮਿਲਿਆ ਗੋਹ ਟਿਕਟ ਟਿਕ ਪਰਵਾਰ ਚ ਨਹੀਂ ਮਿਲਿਆ ਫਿਰ ਤਾਂ ਬਈ ਬੜੇ ਗੜਬੜ ਹੈ ਇੱਕ ਕਹਿੰਦਾ ਜੇ ਮੇਰੇ ਮੁੰਡੇ ਨੂੰ ਨਾਲ ਮੈਨੂੰ ਵੀ ਟਿਕਟ ਦੇਣਾ ਸੀ ਮੇਰੇ ਮੁੰਡੇ ਨੂੰ ਵੀ ਦੇਣਾ ਸੀ ਜੇ ਮੁੰਡੇ ਨੂੰ ਦਿੱਤਾ ਉਹ ਇੰਡੀਪੈਂਡੈਂਟ ਲੜੂਗਾ ਦੂਜਾ ਕਹਿੰਦਾ ਮੇਰੇ ਮੁੰਡੇ ਨੂੰ ਵੀ ਦੇ ਦਿਓ ਮੇਰੇ ਕੁੜਮ ਨੂੰ ਵੀ ਦੇ ਦਿਓ ਮੇਰੀ ਕੁੜਮ ਨਹੀਂ ਵੀ ਦੇ ਦਿਓ ਮੇਰੀ ਇਹਨੂੰ ਵੀ ਦੇ ਦਿਓ ਨਹੀਂ ਤਾਂ ਮੇਰਾ ਭਰਾ ਤਾਂ ਇੰਡੀਪੈਂਡੈਂਟ ਲੜੇਗਾ ਹੁਣ ਇਹ ਜਿਹੜਾ ਕੀ ਹੈ ਇਹ ਤੋਂ ਇਹ ਪਤਾ ਲੱਗਦਾ ਹੈ ਵੀ ਇਹ ਬਦਲਾ ਲੋਕਾਂ ਨੂੰ ਦੱਸਦੇ ਨੇ ਬਦਲਾ ਅਸਲੀ ਤਾਂ ਬਦਲਾ ਹੋਇਆ ਚਾਹੁੰਦੇ ਨੇ ਵੀ ਸਾਨੂੰ ਮਿਲ ਜੇ ਤਾਕਤ ਇਹ ਬਦਲ ਕਾ ਲੋਕਾਂ ਨੂੰ ਇਹ ਦੱਸ ਰਹੇ ਨੇ ਅਕਾਲੀ ਦਲ ਅਕਾਲੀ ਦਲ ਚ ਵੀ ਹੁਣ ਖਤਮ ਹੋ ਗਈ ਗੱਲ ਪਹਿਲਾਂ ਉਹਨਾਂ ਦਾ ਮੜੂਕਾ ਸਾਹਿਬ ਦਾ ਪਿਆ ਹੀ ਹੋਇਆ ਸੀ ਪੰਗਾ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਆਪ ਦੇ ਵਿੱਚ ਭਗਵੰਤ ਮਾਨ ਨੂੰ ਅਨਾਉਂਸ ਕਰਨ ਤੋਂ ਕਿੰਨੀ ਦੇ ਚੱਦ ਰਹੀ ਗਤ ਕਿ ਨਾਲ ਰੇਡ ਕਰ ਪਿਆ ਰਿਹਾ ਹੈ ਔਰ ਉਹ ਇਹ ਜੀ ਗੈਰ ਸੰਵਿਧਾਨਕ ਗੱਲ ਕਰੀ ਵੀ ਅਸੀਂ ਜੇ ਪੁੱਛਦਾ ਪੰਜਾਬ ਦੇ ਲੋਕਾਂ ਨੂੰ ਵੀ ਕਿਹਨੂੰ ਵੀ ਆਹ ਪਾਰਟੀ ਦੇ ਮੈਂਬਰਾਂ ਨੂੰ ਪੁੱਛਦਾ ਫੇਰ ਠੀਕ ਹੈ ਲੋਕਾਂ ਨੇ ਆਮ ਸੀਐਮ ਤਾਂ ਚੁਣੇ ਹੀ ਨਹੀਂ ਜਾਂਦਾ ਅਸਲ ਵਿੱਚ ਪੰਜਾਬ 'ਚ ਜਾਂ ਸਾਡੇ ਤਰੀਕੇ ਹੀ ਨਹੀਂ ਸੀਐਮ ਚੁਣਨ ਦਾ ਤਾਂ ਸਾਡੇ ਤਾਂ ਐਮਐਲਏ ਚੁਣੇ ਜਾਂਦੇ ਨੇ ਉਹਨਾਂ 'ਚੋਂ ਗਾਹਾਂ ਸੀਐਮ ਬਣਦਾ ਸੋ ਉਹ ਸੁਵਿਧਾਨ ਦੇ ਤੌਰ ਤਰੀਕੇ ਨਾਲ ਵੀ ਗਲਤ ਕਰਿਆ ਗਿਆ ਇਸੇ ਤਰ੍ਹਾਂ ਹੀ ਕੈਪਟਨ ਸਾਹਿਬ ਕਹਿੰਦੇ ਵੀ ਨਹੀਂ ਆ ਬਦਲਾ ਵੀ ਹੁਣ ਮੈਨੂੰ ਮੈਂ ਤਾਂ ਹੁਣ ਆ ਹੀ ਆਣਾ ਬੀਜੇਪੀ ਨਾਲ ਰਲ ਕੇ ਸੋ ਜੇ ਅਸੀਂ ਬਦਲਾ ਦੀ ਰਾਜੇਵਾਲ ਸਾਹਿਬ ਨੂੰ ਉਹਨਾਂ ਨੇ ਟਿੱਕੀ ਲਿਆ ਵੀ ਠੀਕ ਹੈ ਸਾਡਾ ਇਹ ਹੀ ਲੀਡਰ ਹੋਣਗੇ ਪਰ ਉੱਥੇ ਵੀ ਬਦਲਾ ਦੇ ਵਾਸਤੇ ਚਲੁੰਨੀ ਸਾਹਿਬ ਦਾ ਤੇ ਰਾਜੇਵਾਲ ਸਾਹਿਬ ਦਾ ਆਪਣਾ ਪਤਾ ਹੀ ਹੈ ਹੁਣ ਅੱਗੇ ਜਿਹੜੀਆਂ ਉਹ ਜੱਥੇਬੰਦੀਆਂ ਨੇ ਕਿਸਾਨਾਂ ਦੀ ਉਹਨਾਂ ਚ ਗਾਹਾਂ ਟਿਕਟਾਂ ਦੀ ਕਿੰਨੀ ਕੋ ਹੋਂਦੀ ਹੈ ਉਹ ਵੀ ਸਮਾਂ ਦੱਸੇਗਾ ਸੋ ਬਦਲਾ ਦਾ ਮਤਲਬ ਇਹ ਹੈ ਉਹਨਾਂ ਚੋਂ ਪਰ ਕਈ ਵੇਰੀ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਉਹ ਬਦਲਾ ਤਾਂ ਸਿਰਫ ਪਰ ਪਹਿਲਾ ਸਿਆਸਤ ਦਾ ਉਦੋਂ ਬਾਅਦ ਉਹ ਕਹਿੰਦੇ ਨੇ ਸੀ ਲੋਕਾਂ ਦਾ ਕੁਝ ਕਰਾਂਗੇ ਉਹ ਵਾਅਦੇ ਨਹੀਂ ਉਹਨਾਂ ਦੇ ਉਦੇ ਉੱਤੇ ਕੋਈ ਰੋਡ ਮੈਪ ਕਲੀਅਰ ਕੱਟ ਦਿਨਾ ਜਿਹੜਾ ਵੀ ਕੋਈ ਰੋਡ ਮੈਪ ਦੇਵੇ ਕਲੀਅਰ ਕੱਟ ਸਪਸ਼ਟ ਮੈਂ ਆਇਆ ਕਰਾਂਗਾ ਮੈਂ ਤਾਂ ਤਾਂ ਉਹ ਆਪਾ ਮੰਨਾਂਗੇ ਵੀ ਉਹ ਕੁਝ ਕਰੇਗਾ ਜੇ ਉਹ ਰੋਡ ਮੈਪ ਪਹਿਲਾਂ ਨਹੀਂ ਦਿੰਦਾ ਤੇ ਫਿਰ ਉਹ ਪਹਿਨੇ ਹੀ ਚੋਣਾਂ ਤੋਂ ਪਹਿਲਾਂ ਜਿਹੜਾ ਕਨਫਿਊਜ਼ਨ ਚ ਬਾਅਦ ਤੱਕ ਕਨਫਿਊਜ਼ਨ ਚ ਰਹਿਣਾ ਕੋਈ ਔਕਾ ਕੰਮ ਹੀ ਨਹੀਂ ਹੁੰਦਾ ਕਿਉਂਕਿ ਬਾਅਦ ਦਾ ਤੁਸੀਂ ਚੜੇਗੇ ਸੋ ਪਹਿਲਾਂ ਤੁਹਾਨੂੰ ਜਿਹੜਾ ਬੱਚਾ ਇਮਤਿਹਾਨ ਚ ਜਾ ਕੇ ਕਿੱਥੋਂ ਨੇ ਪਰਫਾਰਮ ਕਰਨਾ ਹੈ ਜੋ ਪਹਿਲਾਂ ਤਿਆਰੀ ਨਹੀਂ ਕਰਕੇ ਗਿਆ ਕੁਝ ਤਾਂ ਕਰਨਾ ਹੀ ਪਊਗਾ ਸਿਸ ਕਰਕੇ ਉਹ ਕਿੰਨਾ ਕੁ ਸੋਚਦੇ ਨੇ ਕਿ ਉਹਨਾਂ ਦੇ ਤੌਰ ਤਰੀਕਿਆਂ ਤੋਂ ਪਤਾ ਲੱਗ ਜਾਂਦਾ ਵੀ ਨਿੱਕੀ ਨਿੱਕੀ ਗੱਲ ਦੇ ਉੱਤੇ ਇਹ ਕਿਵੇਂ ਆਪਸ ਵਿੱਚ ਜਿਹੜਾ ਹੈਗਾ ਮਤਭੇਦ ਹੋਣੇ ਚਾਹੀਦੇ ਨੇ ਮਤਭੇਦ ਹੁੰਦੇ ਨੇ ਵੀ ਇਹਨਾਂ ਨੂੰ ਆਪਸ ਵਿੱਚ ਠੀਕ ਕਿਵੇਂ ਬਿਠਾਉਂਦੇ ਨੇ ਜਿੱਥੇ ਮਤਭੇਦ ਠੀਕ ਬਿਠਾਉਣ 'ਚ ਬਹੁਤ ਵੱਡੀ ਪ੍ਰਾਬਲਮ ਆਉਂਦੀ ਹੋਵੇ ਤੁਸੀਂ ਸਮਝ ਲਓ ਵੀ ਉਹ ਫਿਰ ਬਦਲਾਅ ਵੀ ਸ਼ਾਇਦ ਉਹ ਡਾ ਨਾ ਲਿਓ ਇਸ ਤਰ੍ਹਾਂ ਅਗਲਾ ਗੱਲ ਹੁਣ ਲੋਕਾਂ ਦੇ ਵਾਸਤੇ ਬਦਲਾਅ ਕੀ ਹੈ ਇਹਨਾਂ ਵਾਸਤੇ ਹੋ ਗਿਆ ਨਾ ਵੀ ਪਾਰਟੀ ਬਦਲਨੀ ਹੈ ਤਾਕਤ ਬਦਲਨੀ ਹੈ ਮੈਜੋਰਟੀ ਵਾਸਤੇ ਮਿਨੋਰਟੀ ਹੈਗੇ ਨੇ ਚੰਗੇ ਹੈਗੇ ਨੇ ਵਧੀਆ ਹੈਗੇ ਨੇ ਸੱਚੀ ਮੁੱਚੇ ਕੁਝ ਤੇ ਜਿਹੜਾ ਦੂਜਾ ਅਰ ਉਹ ਗਿੰਦੇ ਵੀ ਨਾ ਦੱਸਦੇ ਨੇ ਵੀ ਮੈਂ ਇਹ ਬਦਲਾ ਲਿਆ ਨਾ ਅਸੀਂ ਐਦਾਂ ਲਿਆਵਾਂਗੇ ਜਿਹੜਾ ਦੂਜਾ ਪਾਰਟ ਹੈ ਦੂਜਾ ਪਾਰਟ ਹੈ ਲੋਕ ਕੀ ਬਦਲਾ ਚਾਹੁੰਦੇ ਨੇ ਲੋਕ ਜੇ ਅਸੀਂ ਦੇਖੀਏ ਲੋਕ ਕੀ ਚਾਹੁੰਦੇ ਨੇ ਵੀ ਲੋਕਾਂ ਨੂੰ ਇਹ ਪੰਜਾਬ ਜਿਹੜਾ ਜਿਹਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਉਹ ਪੰਜਾਬ ਜਿਹੜਾ ਅਸੀਂ ਇਹਦੇ ਵਿੱਚ ਨੰਬਰ 1 ਤੇ ਹੁੰਦਾ ਸੀ ਅੱਜ 15ਵੇਂ ਨੰਬਰ ਤੇ ਜਾ ਰਿਹਾ ਉਸ ਪੰਜਾਬ ਦੇ ਸਾਰੇ ਸ਼ੋਭੇ ਖਰਾਬ ਹੋ ਗਏ ਰੁਜ਼ਗਾਰ ਇਤਨੀ ਨਹੀਂ ਮਿਲਦਾ ਲੋਕਾਂ ਦਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਨੌਜਵਾਨਾਂ ਦਾ ਉਹ ਬਾਹਰ ਭੱਜ ਕੇ ਜਾ ਕੇ ਟਰੱਕ ਡਰਾਈਵਰੀ ਜਾਂ ਉੱਥੇ ਬੇਰ ਤੋਂੜਨ ਨੂੰ ਲੱਗਣ ਨੂੰ ਤਿਆਰ ਨੇ ਪੂਰੇ 20 ਕਿੱਦਿਆਂ ਦੇ ਮਾਲਕ ਹੋ ਕੇ ਖਿੱੱਚੀ ਨੂੰ ਤਿਆਰ ਨਹੀਂ ਹੈਗੇ ਕੋਈ ਨਾ ਕੋਈ ਗਲਤ ਹੋਣੀ ਹੈ ਨਾ ਇਸੇ ਤਰ੍ਹਾਂ ਹੀ ਦੂਜਾ ਉਹ ਕੀ ਚਾਹੁੰਦੇ ਨੇ ਜਿਹੜਾ ਵਪਾਰੀਓ ਕਹਿੰਦਾ ਮੇਰਾ ਵਪਾਰ ਚੱਲੇ ਮੈਨੂੰ ਰੋਜ਼ ਹੀ ਤੰਗ ਨਾ ਕਰਨ ਤੇ ਆਪਾਂ ਚਾਹੁੰਦੇ ਖਜ਼ਾਨੇ 'ਚ ਪੈਸਾ ਆਵੇ ਟੈਕਸ ਦੀ ਚੋਰੀ ਨਾ ਹੋਵੇ ਹੁਣ ਜੇ ਟੈਕਸ ਦੀ ਚੋਰੀ ਨੂੰ ਰੋਕਣ ਦਾ ਜਿਹੜਾ ਤੋ ਤਰੀਕਾ ਲੋਕ ਚਾਹੁੰਦੇ ਨੇ ਵੀ ਭਾਈ ਤੁਹਾਡਾ ਖਜ਼ਾਨਾ ਭਰਿਆ ਹੋਣਾ ਚਾਹੀਦਾ ਤੁਸੀਂ ਸਾਨੂੰ ਕੋਈ ਰਾਹ ਦੇਣੀ ਹੋਵੇ ਉੱਦੀ ਕਹਿ ਦੇਣਾ ਸਾਡੇ ਕੋਲ ਤਾਂ ਪੈਸਾ ਨਹੀਂ ਸਾਡੇ ਤਾਂ ਖਜ਼ਾਨਾ ਖਾਦੀ ਹੈ ਫਿਰ ਖਜ਼ਾਨਾ ਮੰਤਰੀ ਕਹਦਾ ਵਸਤੇ ਬਣੇ ਤੁਸੀਂ ਭਈ ਫਿਰ ਖਜ਼ਾਨੇ 'ਚ ਪੈਸਾ ਆਉਣਾ ਚਾਹੀਦਾ ਲੋਕ ਚਾਹੁੰਦੇ ਨੇ ਵੀ ਖਜ਼ਾਨੇ 'ਚ ਪੈਸਾ ਆਵੇ ਪੈਸਾ ਇਹ ਨਾ ਆਵੇ ਕਿ ਸਾਡੀਆਂ ਜੇਬਾਂ 'ਚੋਂ ਕੱਢ ਲੈਣਾ ਜਿਵੇਂ ਕੇਂਦਰ ਸਰਕਾਰ ਪੈਟਰੋਲ ਦੇ ਉੱਤੇ ਡੀਜ਼ਲ ਦੇ ਉੱਤੇ ਨਾਲਾ ਕੇ ਟੈਕਸ ਕੱਢੀ ਜਾਂਦੀ ਹੈ ਪੈਸਾ ਉੱਥੋਂ ਕੱਢੋ ਜਿੱਥੇ ਚੋਰੀ ਹੋ ਰਹੀ ਹੈ ਜਿਹੜਾ ਚੋਰੀ ਕਰਕੇ ਲਿਜਾ ਰ ਉਹ ਨੂੰ ਖੋਹੋ ਉਹਨੂੰ ਬੰਦ ਕਰੋ ਉਹ ਪੈਸਾ ਲਿਆ ਕੇ ਖਜ਼ਾਨੇ ਚ ਪਾਓ ਫਿਰ ਸਾਡੇ ਤੇ ਖਰਚੋ ਲੋਕੇ ਚਾਹੁੰਦੇ ਨੇ ਲੋਕੇ ਚਾਹੁੰਦੇ ਨੇ ਵੀ ਜੇ ਤੁਸੀਂ ਰਾਤਾਂ ਦਿਨੇ ਹੋ ਤਾਂ ਰਾਤਾਂ ਉਹਨਾਂ ਨੂੰ ਦਿਓ ਜਿਹੜੇ ਸੱਚੀ ਮੁੱਚੀ ਕਮਜ਼ੋਰ ਨੇ ਜਿਹੜਾ ਪਹਿਲਾਂ ਹੀ ਤਕੜਾ ਹੈ ਬਹੁਤ ਜ਼ਿਆਦਾ ਉਹਨੂੰ ਹੋਰ ਰਾਤ ਤੁਸੀਂ ਲੋਕਾਂ ਦਾ ਗਰੀਬ ਦਾ ਖੂਨ ਨਿਚੋੜ ਕੇ ਉਹਨਾਂ ਨੂੰ ਦਿਓ ਸੋ ਲੋਕ ਚਾਹੁੰਦੇ ਨੇ ਵੀ ਤੁਸੀਂ ਭਾਈ ਦਾ ਦੋਵਾਂ ਦੇ ਹੱਕ ਦੀ ਗੱਲ ਕਰੋ ਮਾਲਕ ਪਾਸੋਂ ਦੇ ਹੱਕ ਦੀ ਗੱਲ ਨਾ ਕਰੋ ਲੋਕੇ ਚਾਹੁੰਦੇ ਨੇ ਲੋਕ ਇਹ ਚਾਹੁੰਦੇ ਨੇ ਇੱਥੋਂ ਦਾ ਬਪਾਲੀ ਚਾਹੁੰਦਾ ਹੈ ਵੀ ਤੁਸੀਂ ਕਰਾਚੀ ਨਹੀਂ ਉੱਥੇ ਵਪਾਰ ਕਰਾਈ ਜਾਂਦੇ ਹੋ ਤੇ ਤੁਸੀਂ ਮੇਰਾ ਇੱਧਰ ਨਹੀਂ ਬਾਗੇ ਰਹੀਂ ਕਰਾ ਦਿਓ ਯਾਰ ਮੇਰਾ ਹਸਰਿਆਨਿਆਂ ਵਾਲੇ ਰਹੀਂ ਕਰਾ ਦਿਓ ਮੇਰਾ ਸੁਲੇਮਾਨ ਕੀ ਬਾਰਡਰ ਰਹੀਂ ਕਰਾ ਦਿਓ ਤੇ ਮੈਂ ਵੀ ਤੁਹਾਨੂੰ 4 ਪੈਸੇ ਟੈਕਸ ਦੇ ਹੋਰ ਦੇ ਦਾਂਗਾ 10-20 ਬੰਦਿਆਂ ਨੂੰ ਰੋਜ਼ਗਾਰ ਦੇਵਾਂਗਾ ਕੁਝ ਲੋਕਾਂ ਨੂੰ ਜਿਹੜੇ ਕੋਈ ਟਰੱਕ ਰਹੀਂ ਜਾਣਗੇ ਸਾਮਾਨ ਢੋਣਗੇ ਹੋਰ ਕਰੋਣਗੇ ਕੁਝ ਬੰਦੇ ਉੱਥੇ ਚੈਕਿੰਗ ਤੇ ਲੱਗਣਗੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਕਿਉਂਕਿ ਫਿਰ ਬਾਰਡਰ ਤੇ ਚੈਕਿੰਗ ਜ਼ਿਆਦਾ ਕਰਨੀ ਪਊਗੀ ਵੀ ਮੈਂ ਵੀ ਤੁਹਾਨੂੰ ਭਾਈ ਰੋਜ਼ਗਾਰ ਵੀ ਦੇਵਾਂਗਾ ਤੁਹਾਨੂੰ ਪੈਸੇ ਵੀ ਦੇਵਾਂਗਾ ਮੇਰਾ ਵਪਾਰ ਹੀ ਖੋਲ ਦਿਓ ਤੁਸੀਂ ਹੈ ਹੁਣ ਕਿਸਾਨ ਚਾਹੁੰਦਾ ਵੀ ਉਹਦੀ ਸਬਜ਼ੀ ਉਹਦੇ ਫਲ ਜਿਹੜੇ ਨੇ ਉਹ ਜੇ ਅੰਮ੍ਰਿਤਸਰ ਦੇ ਨੇੜੇ ਤੇੜੇ ਆਲਣ ਦੇ ਤਾਂ ਫਿਰ ਮਹਿੰਗੇ ਵਿਕਣਗੇ ਕਿਉਂ ਜੇ ਉਹਨਾਂ ਨੇ 35 50 ਕਿਲੋਮੀਟਰ ਤੇ ਜਾ ਕੇ ਵੇਚ ਦੇਣੇ ਨੇ ਫਿਰ ਉੱਥੋਂ ਮਹਿੰਗੇ ਵੀ ਖਰੀਦ ਕੇ ਜਾ ਕੇ ਵੇਚ ਦੇਣਗੇ ਹੈ ਸੋ ਇਸ ਕਰਕੇ ਉਹ ਚਾਹੁੰਦੇ ਨੇ ਕਿ ਸਾਡੇ ਆਪ ਦੇ ਗਵਰਡੀਆ ਨਾਲ ਚੰਗੇ ਰਿਲੇਸ਼ਨ ਹੋਣ ਸਾਨੂੰ ਰੋਜ਼ ਹੀ ਇਹੀ ਨਾ ਦੱਸਿਆ ਜਾਵੇ ਵੇਹ ਤਾਂ ਟਿਫਨ ਬੰਬ ਆ ਗਏ ਜੀ ਹੁਣ ਤਾਂ ਇਮਰਾਨ ਖਾਨ ਨੇ ਤੁਹਾਨੂੰ ਮਾਰ ਦੇਣਾ ਜੀ ਹੁਣ ਤਾਂ ਮੁਸਲਮਾਨਾਂ ਨੇ ਤੁਹਾਨੂੰ ਮਾਰ ਦੇਣਾ ਜੀ ਹੁਣ ਤਾਂ ਖਾਲਸਾਨੀ ਤੇ ਮੁਸਲਮਾਨ ਰਲ ਗਏ ਜੀ ਸਾਨੂੰ ਇਹ ਮਹੀਨੇ ਨਾ ਦਿੱਤੇ ਜਾਣ ਤੇ ਸਾਨੂੰ ਇਹ ਡਰਾਬਾ ਨਾ ਦਿੱਤਾ ਜਾਵੇ ਅਸੀਂ ਦੋਨੇ ਪਾਕਿਸਤਾਨੀ ਵੀ ਅਸੀਂ ਵੀ ਪੰਜਾਬੀ ਜਿਹੜੇ ਨੇ ਇਹ ਸ਼ਾਂਤੀ ਨਾ ਰਹਿਣਾ ਚਾਹੁੰਦੇ ਨੇ ਇੱਕ ਦੂਜੇ ਨਾਲ ਦੀ ਬੋਡੀ ਦੀ ਸਾਹ ਹੈ ਜਿਹੜੀ ਭਾਈਚਾਰਕ ਸਾਂਝਾ ਦੋ ਭਰਾ ਹੁਣ ਤੁਹਾਨੂੰ ਪਤਾ ਹੀ ਆ ਕਿੰਨੀ ਦੂਰੋਂ ਕਿੰਨੇ ਸਾਲਾਂ ਬਾਅਦ ਮਿਲਦੇ ਨੇ ਲੋਕਾਂ ਨੇ ਕਿੰਨੇ ਵੈਲਕਮ ਕਰਿਆ ਮੂੰਹ ਬੰਤੀਆਂ ਕੇ ਮੇਜ ਸੋ ਲੋਕੇ ਚਾਹੁੰਦੇ ਨੇ ਕਿ ਸਾਡੇ ਗਵਾਂਡੀਆਂ ਨਾਲ ਖਾਸ ਕਰਕੇ ਪਾਕਿਸਤਾਨ ਨਾਲ ਸਾਡੇ ਰਿਲੇਸ਼ਨ ਚੰਗੇ ਹੋਣ ਸਾਡਾ ਬਲਖ ਬਕਾਰੀ ਤੱਕ ਵਪਾਰ ਹੁੰਦਾ ਸੀ ਉਹ ਵਪਾਰ ਖੁੱਲ ਜੇ ਤੇ ਉਹਦੇ ਨਾਲ ਸਾਨੂੰ ਆਮਦਨ ਹੋਊਗੀ ਚਾਰ ਪੈਸੇ ਸਾਨੂੰ ਰੋਜ਼ਗਾਰ ਮਿਲੇਗਾ ਸਾਡਾ ਭਾਈਚਾਰਾ ਰਹ ਦੇਗਾ ਸ਼ਾਂਤੀ ਰਹੇਗੀ ਖਰਚਾ ਨਹੀਂ ਹੋਏਗਾ ਬੀਐਸ 50 ਕਿਲੋਮੀਟਰ ਤੱਕ ਲਾਉਣੀ ਨਹੀਂ ਪਵੇਗੀ ਫਿਰ ਜਦ ਵਪਾਰ ਹੋਣ ਲੱਗਿਆ ਐਡਾ ਸੋ ਇਸ ਕਰਕੇ ਲੋਕੇ ਚਾਹੁੰਦੇ ਨੇ ਲੋਕੇ ਚਾਹੁੰਦੇ ਨੇ ਵੀ ਮੈਂ ਤਸੀਦੇ ਜਾਵਾਂ ਮੇਰੀ ਬੇਇੱਜ਼ਤੀ ਨਾ ਹੋਵੇ ਨਹੀਂ ਤਾਂ ਰਿਸ਼ਵਤ ਨਾਲ ਹੀ ਜਾਵੇ ਜੇ ਮੇਰੇ ਕੰਮ 'ਚ ਕੋਈ ਨੁਕਸਾ ਉਹ ਦੱਸ ਦਿੱਤਾ ਜਾਵੇ ਮੈਨੂੰ ਗੇੜੇ ਨਾਲ ਵੇਜਣਾ ਮੈਨੂੰ ਬਦੀਨ ਬਦੀਨ ਨਾ ਕੀਤਾ ਜਾਵੇ ਮੈਂ ਥਾਣੇ ਜਾਣਾ ਮੈਂ ਸ਼ਿਕਾਇਤ ਦਰਜ ਕਰਾਉਣਾ ਮੇਰੀ ਡੀ.ਐਲ. ਘੱਟ ਦਿੱਤੀ ਜਾਵੇ ਜੇ ਉਹ ਸ਼ਿਕਾਇਤ ਉਹਨਾਂ ਦੇ ਹਿਸਾਬ ਨਾਲ ਨਹੀਂ ਬੰਦੀ ਤੇ ਨਾ ਕਰਨ ਅੱਗੇ ਕਰ ਬਾਈ ਪਰ ਮੇਰੀ ਬੇਇੱਜ਼ਤੀ ਨਾ ਕਰ ਜੇ ਮੈਂ ਕੋਈ ਦੋਸ਼ੀ ਆ ਮੇਰੇ ਚ ਕਿਸੇ ਨੇ ਕੇਸ ਦਰਜ ਕਰਾਤਾ ਵੀ ਮੈਨੂੰ ਉੱਥੇ ਨਾ ਪਸ਼ੂਆਂ ਦੀ ਤਰ੍ਹਾਂ ਨਾ ਬਿਠਾ ਕੇ ਰੱਖਣਾ ਮੈਨੂੰ ਬੰਦਿਆਂ ਦੀ ਤਰ੍ਹਾਂ ਡੀਲ ਕਰਨਾ ਮੈਨੂੰ ਕਰਨਾ ਮੇ ਤੋਂ ਇਨਕੁਆਰੀ ਜਿਹੜੀ ਕਰਨੀ ਆ ਪੁੱਛ ਪੜਤਾਲ ਕਰਨ ਪਰ ਮੈਨੂੰ ਬੰਦਾ ਸਮਝ ਕੇ ਕਰਨਾ ਪਸ਼ੂ ਸਮਝ ਕੇ ਨਾ ਕਰਨਾ ਇਸੇ ਤਰ੍ਹਾਂ ਉਹ ਜੇ ਹਸਤਾਲ ਜਾਂਦਾ ਉਹ ਕਹਿੰਦਾ ਮੈਨੂੰ ਗਾਹਕ ਨਾ ਸਮਝੇ ਹਸਤਾਲ ਮੈਨੂੰ ਮਰੀਜ਼ ਸਮਝ ਕੇ ਟਰੀਟ ਕਰੇ ਚਾਹ ਪ੍ਰਾਈਵੇਟ ਅਜਾ ਸਰਕਾਰੀ ਜੇ ਸਕੂਲ ਚ ਬੱਚਾ ਜਾਂਦਾ ਉਹ ਮਾਪੇ ਸੋਚਦੇ ਨੇ ਵੀ ਸਾਡੇ ਬੱਚਾ ਨਾ ਉੱਥੇ ਘੱਟੋ ਘੱਟ ਇੱਕ ਤਾਂ ਪੜ੍ਹਾਈ ਹੁੰਦੀ ਥੋੜੀ ਜਿਹੀ ਹੋ ਜੇ ਇੱਕ ਉਹਦੀ ਇੱਜ਼ਤ ਜੇ ਕੁੜੀਆਂ ਦੀ ਇੱਜ਼ਤ ਨੂੰ ਹੱਥ ਨਾ ਪਵੇ ਇਹ ਚਾਹੁੰਦੇ ਨੇ ਆ ਹੋਰ ਤਾਂ ਕੁਝ ਮੰਗਦੇ ਨਹੀਂ ਉਹ ਤਾਂ ਕਦੇ ਦਖੰਧਾ ਜੀ ਵੀ ਨਹੀਂ ਕਰਦੇ ਜਾ ਕੇ ਪਰ ਜੋ ਨਹੀਂ ਹੁੰਦਾ ਤਾਂ ਫਿਰ ਉਹਨਾਂ ਨੂੰ ਦੁੱਖ ਆ ਲੋਕ ਚਾਹੁੰਦੇ ਨੇ ਵੀ ਸਾਡਾ ਨਿਰਮਲ ਪਾਣੀ ਸੀ ਪੰਜਾਂ ਦਰਿਆਵਾਂ ਦਾ ਪਾਣੀ ਸੀ ਹੈਂ ਇਹ ਪਾਣੀ ਇੰਨਾ ਪਵਿੱਤਰ ਮੰਨਿਆ ਜਾਂਦਾ ਸੀ ਉਹ ਤਾਂ ਬੜਾ ਮਰੀਨ ਕਰਤਾ ਸਾਡਾ ਇੰਨਾ ਗੰਦਾ ਪਾਣੀ ਕਰਤਾ ਹੈ ਕਿ ਇਹਨੂੰ ਇਹ ਸਾਫ਼ ਹੋਣਾ ਚਾਹੀਦਾ ਇਹ ਜਿਹੜੇ ਇਹਦੇ ਚ ਇੰਨਾ ਗੰਦ ਸੁੱਟਿਆ ਜਾ ਰਿਹਾ ਹੈ ਇਹਨੂੰ ਰੋਕੋ ਇਹ ਗੰਦ ਕੋਈ ਖੇਤੀ ਵਾਲੇ ਤਾਂ ਇੰਨਾ ਸੁੱਟ ਨਹੀਂ ਰਹੇ ਜਿਹੜੇ ਸੁੱਟਿਆ ਤਾਂ ਹੋਰ ਕੋਈ ਜਾ ਰਿਹਾ ਹੈ ਪੋਲਿਊਸ਼ਨ ਕੰਟਰੋਲ ਬੋਰਡ ਤੁਸੀਂ ਕਾਦੇ ਵਾਸਤੇ ਬਣਾਏ ਨੇ ਸਾਡਾ ਪਾਣੀ ਸਾਫ਼ ਕਰਵਾਉਣ ਹੀ ਪਿੱਛੇ ਏਡੇ ਵੱਡੇ ਸੀਚੇ왈 ਸਾਹਿਬ ਗ੍ਰਾਮੀ ਕੇਬਲ ਸਿੰਘ ਜੀ ਉਹ ਭਾਈ ਕਨਈਆ ਸੁਸਾਇਟੀ ਵਾਲੇ ਗੁਰਪ੍ਰੀਤ ਅੰਦਵਾਜ ਜੀ ਇਹ ਬਥੇਰਿਆਂ ਨੇ ਇਕੱਠੇ ਹੋ ਕੇ ਇਹ ਗੱਲ ਮੰਗ ਵੀ ਕਰੀਆ ਵੀ ਪਰਿਆਵਰਣ ਦੇ ਉੱਤੇ ਗੱਲ ਕਰੋ ਤੋ ਲੋਕ ਇਹ ਚਾਹੁੰਦੇ ਨੇ ਵੀ ਸਾਡਾ ਪ੍ਰਿਆਵਰਣ ਠੀਕ ਹੋਵੇ ਲੋਕ ਚਾਹੁੰਦੇ ਨੇ ਵੀ ਜਿਹੜੇ ਸਾਡੇ ਜਮੰਦਰੀ ਨੁਕਸ ਪਈ ਜਾਂਦੇ ਨੇ ਪਾਣੀ ਦੇ ਵਿੱਚ ਐਡੇ ਵੱਡੇ ਨੁਕਸਾਨ ਕਰਕੇ ਇਹ ਭਾਈ ਇੰਨੇ ਅਸੀਂ ਡੰਗਰੇ ਡੁੱਧੇ ਕਿੱਥੋਂ ਪੈਦਾ ਕਰੀ ਜਾਵਾਂਗੇ ਰੋਜੀ ਆ ਮੈਨੂੰ ਕੱਲੀ ਆਇਆ ਹੋਇਆ ਸੀ 10 ਹਜ਼ਾਰ ਦਾ ਬੱਚਾ ਉਹਦਾ ਬੁਰਾ ਹਾਲ ਹੈ ਕੋਈ 5 ਸਾਲ ਦਾ ਬੱਚਾ ਉਹਦਾ ਬੁਰਾ ਹਾਲ ਹੈ ਇਹ ਕਿਉਂ ਹੋ ਰਿਹਾ ਸਾਡੇ ਇੰਨਾ ਜ਼ਿਆਦਾ ਲੋਕ ਚਾਹੁੰਦੇ ਨੇ ਵੀ ਇੰਨੇ ਅਪੰਗ ਤਾਂ ਨਾ ਪੈਦਾ ਹੋਣ ਚਲੋ ਥੋੜੇ ਕਨੇ ਅਪੰਗ ਹੋ ਗਏ ਅਸੀਂ ਕਾਜਾਲੇ ਹੋ ਗਏ ਅਸੀਂ ਉਹਨਾਂ ਦਾ ਸਾਂਭ ਲਾਂਗੇ ਪਰ ਜੇ ਸਾਰੀ ਇੰਨੇ ਕਾਦੇ ਵਾਲੇ ਹੋਣਗੇ ਜਿਹੜੇ ਪੱਥੇ ਦੇ ਵਿੱਚੋਂ ਸਾਰੀਆਂ ਇੱਟਾਂ ਹੀ ਪਿੰਡੀਆਂ ਜਾਂ ਖੰਗੜ ਨਿਕਲਣ ਲੱਗ ਜਾਣ ਨਹੀਂ ਐ ਟੇਡੀਆਂ ਤੇ ਫਿਰ ਉਹ ਤਾਂ ਪੱਠਾ ਬੰਦ ਹੀ ਕਰਨਾ ਪੈਂਦਾ ਉਹ ਤਾਂ ਪੱਠਾ ਹੀ ਖਰਾਬ ਹੋ ਜਾਂਦਾ ਸੋ ਇਹਦਾ ਮਤਲਬ ਇਹ ਹੈ ਵੀ ਜਿਹੜੀ ਉਹਨੂੰ ਅੱਗ ਦੇਣ ਵਾਲਾ ਹੈ ਜਾਂ ਉਹਦੇ ਵਿੱਚ ਚਿਣਾਈ ਕਰਨ ਵਾਲਾ ਹੈ ਉਹ ਕਿਤੇ ਨਾ ਕਿਤੇ ਨੁਕਸ ਪਾਉਂਦਾ ਉਹ ਠੀਕ ਤਰੀਕੇ ਨਾਲ ਚਿਣਾਈ ਨਹੀਂ ਕਰਦਾ ਜਾਂ ਠੀਕ ਠੀਕ ਅੱਗ ਨਹੀਂ ਦਿੱਤੀ ਜਾਂਦੀ ਸੋ ਇਸ ਕਰਕੇ ਉਹ ਚਾਹੁੰਦੇ ਨੇ ਵੀ ਭਾਈ ਨਾ ਹੋਵੇ ਕੈਂਸਰ ਕਾਲਾ ਪੀਡਾ ਇਹਦਾ ਹੱਲ ਹੋਵੇ ਸੋ ਲੋਕ ਚਾਹੁੰਦੇ ਨੇ ਵੀ ਜੇ ਅਸੀਂ ਕਚਹਿਰੀ ਚ ਜਾਂਦੇ ਆ ਸਾਨੂੰ 20 ਸਾਲ ਲਟਕਾਇਆ ਨਾ ਜਾਵੇ ਫੈਸਲਾ ਸਾਡੇ ਹੱਕ ਚ ਹੋਵੇ ਸਾਡੇ ਉਲਟ ਹੋਵੇ ਪਰ ਸਮੇਂ ਤੇ ਤਾਂ ਹੋ ਜੇ ਸੋ ਲੋਕ ਇਹ ਗੱਲਾਂ ਚਾਹੁੰਦੇ ਜੇ ਅਸੀਂ ਦਫ਼ਤਰ ਜਾਂਦੇ ਆ ਸੈਕਟਰੀ ਨੂੰ ਚਿੱਠੀ ਲਿਖਦੇ ਆ ਮੰਤਰੀ ਨੂੰ ਲਿਖਦੇ ਆ ਕੀ ਮਿਨਿਸਟਰ ਨੂੰ ਲਿਖਦੇ ਆ ਘਟੋ ਘਟੋ ਸੁਣਵਾਈ ਕਰਕੇ ਤੁਰਤ ਫੈਸਲਾ ਦੇਣ ਦੀ ਗੱਲ ਕਰਨ ਵੀ ਭਾਈ ਇਹ ਫੈਸਲੇ ਕਰਨੇ ਨੇ ਸੋ ਇਸ ਕਰਕੇ ਲੋਕ ਆ ਚਾਹੁੰਦੇ ਨੇ ਕਿ ਜਿਹੜੇ ਸਾਡੇ ਸਿਆਸਦਾਨ ਨੇ ਉਹ ਇੰਨਾ ਗੱਲਾਂ ਦੀ ਗੱਲ ਨਹੀਂ ਕਰਦੇ ਡਾਕਟਰ ਜੀ ਕਿਹੋ ਜਿਹੇ ਵਿੱਚ ਖਾਸ ਗੱਲ ਤੁਹਾਡੇ ਨਾਲ ਗੱਲ ਕਰਦੇ ਮੇਰੀ ਯਾਦ ਆਈ ਕਿ ਜਦੋਂ ਅਸੀਂ ਗੱਲ ਕਰਦੇ ਆ ਭ੍ਰਿਸ਼ਟਾਚਾਰ ਦੀ ਰਿਸ਼ਵਤਖੋਰੀ ਦੀ ਗੱਲ ਹੁੰਦੀ ਹੈ ਕਿ ਨੀਚੋਂ ਬਦਲਾਅ ਜਾਂ ਉੱਪਰੋਂ ਬਦਲਾਅ ਹੋਣਾ ਚਾਹੀਦਾ ਹੈ ਤਾਂ ਸਿਸਟਮ 'ਚ ਸੁਧਾਰ ਹੋਣਾ ਚਾਹੀਦਾ ਹੈ ਮਤਲਬ ਸਿੱਧੀ ਭਾਸ਼ਾ 'ਚ ਕਹੀਏ ਸਿਸਟਮ 'ਚ ਸੁਧਾਰ ਵੀ ਉਹ ਲੋਕ ਸਾਡੇ ਵਰਗੇ ਮੰਗਦੇ ਨੇ ਜਿਹੜੇ ਰਿਸ਼ਵਤ ਦਿੰਦੇ ਨੇ ਤੇ ਜਿਹੜੇ ਰਿਸ਼ਵਤ ਲੈਂਦੇ ਵੀ ਨੇ ਉਹ ਉਹ ਕਹਿੰਦੇ ਨੇ ਕਿ ਪੰਜਾਬ 'ਚ ਬਦਲਾਅ ਹੋਣਾ ਚਾਹੀਦਾ ਬਹੁਤੇ ਸਰਕਾਰੀ ਖੇਤਰ ਦੇ ਵਿੱਚ ਤੁਸੀਂ ਦੇਖੋ ਕਿ ਰਿਸ਼ਵਤ ਚੱਲਦੀ ਹੈ ਲੈਣ ਵਾਲੇ ਕੌਣ ਨੇ ਪੰਜਾਬੀ ਦੇਣ ਵਾਲੇ ਕੌਣ ਪੰਜਾਬੀ ਜਿਹੜੇ ਮਾਰੇ ਮਾਰੇ ਵਿਚਾਰੇ ਫਿਰਦੇ ਉਹਨਾਂ ਨੂੰ ਦੇਣੀ ਪੈਂਦੀ ਆ ਕਈ ਓਦਾਂ ਵੀ ਦੇ ਜਾਂਦੇ ਨੇ ਤੇ ਫਿਰ ਉਹੀ ਲੋਕ ਉੱਠ ਕੇ ਕੱਲ ਨੂੰ ਕਹਿ ਦਿੰਦੇ ਨੇ ਕਿ ਜੀ ਸਿਆਸਤਦਾਨ ਜਾਂ ਕਹਿ ਲਓ ਕਿ ਜਿਹੜੇ ਉਹ ਲੋਕ ਸਾਡੇ ਉੱਪਰ ਬੈਠੇ ਨੇ ਉਹ ਜੀ ਭ੍ਰਿਸ਼ਟਾਚਾਰ ਚਲਾ ਰਹੇ ਨੇ ਉਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਪਰ ਚਾਹੀਦਾ ਇਹ ਨਹੀਂ ਕਿ ਥੋੜਾ ਜਿਹਾ ਸੁਧਾਰ ਆਪਣੇ ਪੱਖ ਤੋਂ ਵੀ ਸਰਕਾਰੀ ਤੰਤਰ ਦੇ ਵਿੱਚ ਹੋ ਜਾਣਾ ਚਾਹੀਦਾ ਬਿਲਕੁਲ ਸਰਕਾਰੀ ਤੰਤਰ ਦਾ ਇਹ ਸਰਕਾਰੀ ਤੰਤਰ ਕਿਨੇ ਕਹਿ ਦਿੱਤਾ ਬੀ ਹੈ ਸਿਆਸਤਾਨਾ ਤੋਂ ਮੁਕਤ ਜਾਂ ਆਪਹ ਪ੍ਰਸ਼ਟ ਨਹੀਂ ਹੈਗਾ ਤੁਸੀਂ ਦੱਸੋ ਜਿਹੜਾ ਐਸਐਚਓ ਪੈਸੇ ਡਾ ਰਿਹਾ ਹੈ ਉਹ ਤਾਂ ਸਰਕਾਰੀ ਬੰਦਾ ਹੀ ਹੈ ਨਾ ਜਿਹੜਾ ਤਸਵੀਰਦਾਰ ਪੈਸੇ ਤੋਂ ਮੈਨਾ ਰਜਿਸਟਰੀ ਉਹ ਤਾਂ ਸਰਕਾਰੀ ਬੰਦਾ ਹੀ ਆ ਨਾ ਜਿਹੜਾ ਡਾਕਟਰ ਪੈਸੇ ਲੈ ਰਿਹਾ ਉਹ ਤਾਂ ਸਰਕਾਰੀ ਬੰਦਾ ਹੀ ਆ ਨਾ ਜਿਹੜਾ ਮਾਸਟਰ ਨੰਬਰ ਪੈਸੇ ਲੈ ਕੇ ਲਾਉਂਦਾ ਹੈ ਜਾਂ ਸ਼ਰਾਫੀ ਕੇ ਲਾਉਂਦਾ ਹੈ ਜਾਂ ਫਿਰ ਬੱਚਿਆਂ ਨੂੰ ਪੜ੍ਹਾਉਂਦਾ ਨਹੀਂ ਗੈਰ ਹਾਜ਼ਰ ਰਹਿਂਦਾ ਦੂਜਾ ਉਹਦੀ ਹਾਜ਼ਰੀ ਲਾਉਂਦਾ ਇਹ ਤਾਂ ਸਰਕਾਰੀ ਤੰਤਰੀ ਹੈ ਨਾ ਪੜ੍ਹੇ ਲਿਖੇ ਵੀ ਨੇ ਸੋ ਸਰਕਾਰੀ ਤੰਤਰ ਜਿਹੜਾ ਹੈ ਉਹ ਲੋਕਾਂ ਨੂੰ ਇਸ ਪਾਸੇ ਸਾਰੇ ਲੋਕ ਮਾਰੇ ਨਹੀਂ ਹੁੰਦੇ ਪਰ ਜਦ ਸਾਰਾ ਕੁਝ ਮਾੜਾ ਹੋਣ ਲੱਗ ਜੇ ਤਾਂ ਲੋਕ ਫਿਰ ਕੀ ਕਰਨ ਲੋਕ ਤਾਂ ਵਿਚਾਰੇ ਵਿਕਟਮ ਬਣ ਜਾਂਦੇ ਨੇ ਸੋ ਇਸ ਕਰਕੇ ਇਹ ਜਿਹੜੀ ਹੈਗੀ ਹੈ ਇਹ ਸੁਧਾਰ ਲੋਕਾਂ ਨੇ ਕਰਨਾ ਹੈ ਜਿਹੜੇ ਇਹ ਜਿਹੜਾ ਇਹ ਤੋਂ ਫਾਇਦਾ ਠਾ ਰਿਹਾ ਉਹ ਜ ਸਦਾਰ ਨਹੀਂ ਕਰੇਗਾ ਛੋਟੀ ਉਦਾਹਰਨ ਦੇਉਂਗਾ ਮੈਂ ਮੈਂ 90ਵਿਆਂ ਦੇ ਵਿੱਚ ਭਾਰਤ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਸਲਾਹਕਾਰ ਤੁਸੀਂ ਇਹ ਲਿਟਰੇਸੀ ਦਾ ਕੰਮ ਕਰੋ ਸਾਕਰਤਾ ਮੈਂ ਕਿਹਾ ਵੀ ਮੈਂ ਤਾਂ ਸਰਜਨਾ ਮੈਂ ਇਸ ਤੋਂ ਕੀ ਲੈਣਾ ਤਾਂ ਇੱਕ ਮਦਰਾਸ ਕਾਨਫਰੰਸ ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਕਰੋਗੇ ਹੋਰ ਕੌਣ ਕਰੂਗਾ ਅਸੀਂ ਚਲੋ ਤੁਰ ਪੇ ਉੱਠ ਕੇ ਉਹ ਹਰਿਆਣੇ ਚੋ ਡਾਕਟਰ ਦੱਯਾ ਨੇ ਉਹ ਸਾਰਾ ਰੋਤਕ ਮੈਡੀਕਲ ਕਾ ਕੇ ਪ੍ਰੋਫੈਸਰ ਉਹ ਸਰਜਰੀ ਦਾ ਲਗਾਤਾਰ ਜਾ ਕੇ ਪਾਣੀ ਪਤ ਬਹਿ ਗਿਆ ਜਾ ਕੇ ਇੱਕ ਉਹ ਪਾਂਡੀ ਚੁਰੀ ਦੇ ਵਿੱਚ ਪ੍ਰੋਫੈਸਰ ਮੈਡੀਸਨ ਦਾ ਉਹ ਜਾ ਕੇ ਬਹਿ ਗਿਆ ਦਿੱਲੀ ਵਿੱਚ ਚੰਗਾ ਮੈਂ ਕਰਦਾ ਕੰਮ ਬੜੇ ਇੱਕ ਇੱਥੇ ਫੋਰੈਸਟ ਆਫਸਰ ਸੀ ਆਈਐਫਐਸ ਉਹ ਹਮਾਚਲ ਦਾ ਛੱਡ ਕੇ ਬਹਿ ਗਿਆ ਚਲੋ ਜੀ ਠੀਕ ਹੈ ਕਰਦੇ ਆ ਮਤਲਬ ਇੱਕ ਸੁਨੂਨ ਫੈਲ ਗਿਆ ਲੋਕਾਂ ਚ ਵੀ ਹਾਂ ਇਹ ਕਰਨਾ ਹੈ ਪਰ ਮੈਂ ਦੇਖਿਆ ਪੰਜਾਬ ਦੇ ਡੀਸੀਆਂ ਚ ਕਿੰਨਿਆਂ ਚ ਪੰਜਾਬ ਦੇ ਨੌਜਵਾਨਾਂ ਚ ਉਹ ਜਨੂਨ ਸੱਚੀ ਮਿੱਟੀ ਫੈਲ ਗਿਆ ਵੀ ਹਾਂ ਕਰਨਾ ਸੋ ਉਹ ਬਦਲਾਅ ਦੇ ਵਿੱਚ ਇੱਕ ਫਾਰਮੂਲਾ ਅਸੀਂ ਸਾਰਿਆਂ ਨੇ ਬੈਠ ਕੇ ਤੈਅ ਕਰਿਆ ਵੀ ਜਿਹੜੇ ਵਰ ਸਰਕਾਰ ਨੂੰ ਬਣਾਇਆ ਇਹ ਫਾਰਮੂਲਾ ਵੀ ਜਿਹੜੇ ਬੰਦੇ ਅਨਪੜਾ ਨੂੰ ਪੜਾਉਣ ਤੇ ਬਾਲਗ ਸਾਖਰਤਾ ਪ੍ਰੋਗਰਾਮ ਚ ਡੱਗੇ ਹੋਏ ਨੇ ਨੌਕਰੀ ਤੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਨਹੀਂ ਸ਼ਾਮਲ ਕਰਨਾ ਸਾਨੂੰ ਪੁੱਛਿਆ ਵੀ ਇਹ ਕਿਉਂ ਅਸੀਂ ਕਹਿੰਦਾ ਤਾਂ ਤਾਂ ਹਿੱਤਾ ਵੀ ਆ ਦੋਖਾਂ ਨੂੰ ਪੜ ਰਹੇ ਨੇ ਸਾਡੀ ਨੌਕਰੀ ਤਾਂ ਰਹੇ ਕਿਉਂਕਿ ਸਰਕਾਰਾਂ ਵੀ ਉਲਟੀਆਂ ਨੇ ਜੇ ਦੇ ਉਹਨਾਂ ਪਰਦਾ ਖਤਮ ਹੋ ਗਈ ਫੇਰ ਕਹਿੰਗੇ ਹੁਣ ਤੁਸੀਂ ਜਾਓ ਕਰੇ ਅੱਜ ਵੀ ਕਰੋਨਾ ਚ ਕਰ ਰਹੇ ਨੇ ਵੀ ਭਾਈ ਉਹਨਾਂ ਨੂੰ ਕੋਈ ਹੋਰ ਜੌਬ ਦੇ ਦੋ ਉਹਨਾਂ ਨੂੰ ਇਹ ਆ ਵੀ ਅਨਪੜਤਾ ਕੈਮਰੇ ਨਹੀਂ ਚਾਹੀਦੀ ਆ ਸਾਡਾ ਤਾਂ ਤਾਂ ਚੱਡੂ ਸੋ ਅਸੀਂ ਉਹਨਾਂ ਨੂੰ ਨਹੀਂ ਲੈਣਾ ਅਸੀਂ ਕਿਉਂਕਿ ਮੁਫਤ ਕੰਮ ਕਰਨਾ ਅਸੀਂ ਕੋਈ ਪੈਸਾ ਨਹੀਂ ਲੈਣਾ ਸੀ ਆਪਦੇ ਕੰਮ ਛੱਡ ਕੇ ਆਏ ਆ ਸਿਰਫ ਤਨਖਾਹ ਜਿਹੜੀ ਲੈਣਿਆ ਉਹ ਤਨਖਾਹ ਤਾਂ ਸਾਨੂੰ ਮੈਂ ਪੀਜੀਏ ਸੀਗਾ ਪੀਜੀਏ 'ਚ ਬੈਠ ਕੇ ਮੈਨੂੰ ਉਸ ਤੋਂ ਬਾਅਦ ਮੈਂ ਮੈਡੀਕਲ ਕਾਰਡ ਚਲਾ ਗਿਆ ਮੈਨੂੰ ਮੈਡੀਕਲ ਕਾਰਡ 'ਚ ਬੈਠ ਕੇ ਤੇ ਪੀਜੀਏ 'ਚ ਬੈਠ ਕੇ ਜਿਆਦਾ ਮੇਰੀ ਟੌਰ ਹੈ ਜਦ ਮੈਂ ਜੋਤੇ ਪਾ ਕੇ ਤੇ ਬਸਾਂ ਚੜ ਕੇ ਟੈਂਪੋ 'ਚ ਬੈਠ ਕੇ ਜਾ ਰਿਹਾ ਆ ਲੋਕਾਂ ਨੂੰ ਜਾ ਕੇ ਵੀ ਅਨਪੜਤਾ ਨੂੰ ਪੜਾਉਣ ਵਾਸਤੇ ਉਹਦੇ 'ਚ ਮੇਰੀ ਟੌਰ ਹੈ ਜੇ ਟੌਰ ਜੇ ਹਿਸਾਬ ਨਾਲ ਦੇਖਣਾ ਹੋਵੇ ਹੈ ਸੋ ਵੀ ਸਾਡਾ ਇਹ ਹੈ ਕਿ ਅਸੀਂ ਇਹ ਕੰਮ ਨੂੰ ਸਿੱਧੇ ਚੜ੍ਹੀਏ ਤੇ ਉਦੋਂ ਮੁੜ ਕੇ ਆਪਦੇ ਆਪਦੇ ਕੰਮ ਤੇ ਮੁੜ ਕੇ ਜਾਈਏ ਸੋ ਜਿਆਦਾ ਜਿਹੜਾ ਤੁਸੀਂ ਕਹਿੰਦੇ ਹੋ ਜਿਹੜੇ ਬੰਦੇ ਅੱਜ ਰਿਸ਼ਵਤ ਲੈ ਰਹੇ ਨੇ ਜਿਹੜੇ ਇਸ ਪ੍ਰਣਾਲੀ ਨੂੰ ਕੁਮਾ ਰਹੇ ਨੇ ਉਹ ਤਾਂ ਸਾਰੇ ਦੇ ਸਾਰੇ ਉਹ ਨੇ ਜਿਹੜੇ ਉਹ ਬਦਲਾ ਨਹੀਂ ਚਾਹਦੇ ਉਹ ਤਾਂ ਬਦਲਾ ਦਾ ਦਿਖਾਵਾ ਕਰਦੇ ਨੇ ਉਹ ਤਾਂ ਕਹਿੰਦੇ ਲੋ ਜੀ ਮੈਂ ਕੀ ਕਰਾਂ ਹੁਣ ਮੈਨੂੰ ਤੋਤਲੇ ਮੰਗਦੇ ਨੇ ਆ ਹੁਣ ਕਹੇ ਨਹੀਂ ਤੇ ਤੁਹਾਡੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਰ ਨੇ ਕਹਿੰਦਾ ਮੈਂ ਕੀ ਕਰਾਂ ਪ੍ਰੋਫੈਸਰਾਂ ਨੇ ਪੇਪਰ ਦੀ ਕਰਤਾ ਉਹ ਤਾਂ ਨਹੀਂ ਵੀ ਚੰਗੇ ਵੀ ਬਣ ਜਾਓ ਲੋਕਾਂ ਚ ਇਹ ਹੋ ਜਾਓ ਹੁਣ ਬਦਲਾ ਕਿਹਨੂੰ ਚਾਹੀਦਾ ਕਹਿੰਦੇ ਜਿਸ ਤਨ ਲੱਗੇ ਸੋਤਨ ਜਾਣੇ ਵਰਕੇ ਜਾਣੇ ਪੀਰ ਪਰਾਈ ਦੂਜਾ ਹੈਗਾ ਵੀ ਆਪਦਾ ਸਿਰ ਆਪੇ ਗੁੰਦਣਾ ਪੂਣਦਾ ਆਪ ਮਰੀ ਬਿਨਾ ਕੌਣ ਸੁਰਗ ਨੂੰ ਜਾਵੇ ਹੈ ਆਪਨ ਹੱਥੀਆ ਆਪਣਾ ਆਪੇ ਹੀ ਕਾਸ ਵਾਲੀਏ ਹੁਣ ਜਿਹੜੀ ਜਨਤਾ 90% ਜਨਤਾ ਪੰਜਾਬ ਦੀ ਪੀੜਤ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਉਹ ਰੇੜੀ ਵਾਲਾ ਹੈ ਚਾਹੇ ਉਹ ਰਿਖੇ ਵਾਲਾ ਹੈ ਚਾਹੇ ਕੋਈ ਟੈਕਸੀ ਚਲਾਉਂਦਾ ਹੈ ਚਾਹੇ ਉਹ ਖੇਤੀ ਕਰਦਾ ਹੈ ਚਾਹੇ ਉਹ ਵਿਦਿਆਰਥੀ ਹੈ ਉਹਦੀ ਡੁੱਟ ਹੋ ਰਹੀ ਹੈ ਉਹਨੂੰ ਕਿਹਨੇ ਪੁੱਛਿਆ ਜਾਂਦਾ ਉਹਨੂੰ ਜੀਤੋ ਕੋਈ ਪੁੱਛਿਆ ਨਹੀਂ ਜਾਂਦਾ ਜਿੱਥੇ ਜਾਂਦਾ ਉਹਨੂੰ ਰਿਸ਼ਵਤ ਦੇਣੀ ਪੈਂਦੀ ਆ ਬਿਜਲੀ ਦਫਤਰ 'ਚ ਜਾ ਰਹੇ ਉਹ ਤਸੀਲੇ ਜਾ ਰਹੇ ਉਹ ਥਾਣੇ ਜਾ ਰਹੇ ਉਹ ਹਸਪਤਾਲ 'ਚ ਜਾ ਰਹੇ ਉਹ ਡੀਸੀ ਦੇ ਦਫਤਰ ਜਾ ਰਹੇ ਉਹ ਐਸਡੀਐਮ ਦੇ ਚਲਾ ਜਾਵੇ ਉਹ ਐਗਰੀਕਲਚਰ ਦਫਤਰ ਚਲਾ ਜਾਵੇ ਉਹ ਪੜਾਈ ਵਿਭਾਗ ਦੇ ਦਫਤਰ ਚਲਾ ਜਾਵੇ ਪੜਾਈ ਅਫਸਰ ਕੋਲੇ ਉਹਦੀ ਡੁੱਟ ਹੋਣੀ ਹੋਣੀ ਆ ਉਹਨੂੰ ਉਹਨੂੰ ਦਰਦ ਹੋ ਰਿਹਾ ਹੈ ਇਹ ਉਹਨੂੰ ਮੇਖਾਂ ਚ ਉਭਰੀਆਂ ਨੇ ਹਰ ਵਕਤ ਕੰਡੇ ਚ ਉਭਰੇ ਨੇ ਉਹਨੇ ਕੰਡੇ ਚੂਨੇ ਨੇ ਵੀ ਭਾਈ ਚੰਗਲ ਆ ਫਿਰ ਇਹਨਾਂ ਦੇ ਆ ਵੜਦੇ ਆ ਸੋ ਲੋਕ ਜਿਹੜੇ ਨੇ ਉਹ ਕਿ ਸੰਯੁਕਤ ਕਿਸਾਨ ਮੋਰਚੇ ਜਿਵੇਂ ਆਧਾਰਨ ਬਾਰ-ਬਾਰ ਤਾਂ ਹੀ ਦਿੰਨਾ ਕਿ ਉਹਨਾਂ ਨੂੰ ਚੁਭ ਰਹੇ ਸੀ ਕੰਡੇ ਤੁਸੀਂ ਮੈਨੂੰ ਦੱਸੋ ਮਰਨੇ ਡੰਨੇ ਨੇ ਥੋੜਾ ਕੰਡੇ ਚ ਉਭਰੇ ਸੀ ਬਿਲਕੁਲ ਭਾਜਪਾ ਨੂੰ ਛੋਟਾ ਚ ਉਭਰੇ ਸੀ ਇੱਥੇ ਵੀ ਅਕਾਲੀ ਪਾਰਟੀ ਜਾਂ ਕਾਂਗਰਸ ਜਿਹੜੀ ਰਾਜ ਕਰਦੀ ਸੀ ਕੈਪਟਨ ਨੂੰ ਥੋੜਾ ਕੰਡੇ ਚ ਉਭਰੇ ਸੀ ਉਹ ਬਿਲ ਕਾਨੂੰਨ ਬਣਾਉਣ ਨਾਲ ਕੰਡੇ ਤਾਂ ਚੁਬਨੇ ਸੀ ਆਮ ਲੋਕਾਂ ਨੂੰ ਕਿਸਾਨਾਂ ਨੂੰ ਜ਼ਿਆਦਾ ਚੁਬਨੇ ਸੀ ਬਾਕੀਆਂ ਨੂੰ ਵੀ ਚੁਬਨੇ ਸੀ ਰੋਟੀ ਨਹੀਂ ਮਿਲਨੀ ਸੀ ਫਿਰ ਉਹ ਖੜੇ ਹੋ ਗਏ ਫਿਰ ਉਹਨਾਂ ਨੇ ਬਦਲਾ ਕਰ ਲਿਆ ਸੋ ਇਸ ਕਰਕੇ ਬਦਲਾ ਠੱਲਿਓਂ ਆਉਂਦਾ ਹੈ ਜਿਹੜਾ ਵੱਡਾ ਬਦਲਾ ਹੈ ਛੋਟੇ ਬਦਲਾ ਉੱਤੋਂ ਆ ਜਾਂਦੇ ਨੇ ਛੋਟੇ ਬਦਲਾ ਉੱਤੋਂ ਆ ਸਕਦੇ ਹੁੰਦੇ ਨੇ ਤੇ ਕਦੇ-ਕਦੇ ਵੱਡੇ ਬਦਲਾ ਵੀ ਉੱਤੋਂ ਆ ਜਾਂਦੇ ਨੇ ਪਰ ਉੱਤੋਂ ਤਾਂ ਆਉਂਦੇ ਨੇ ਜੇ ਜਨਤਾ ਨਾਲ ਖੜੀ ਹੋਵੇ ਹੁਣ ਜੇ ਉੱਤੋਂ ਕਰਨ ਵਾਲਾ ਹੈ 1 ਮਿੰਟ ਹੀ ਮੈਂ ਤੁਹਾਡੀ ਗੱਲ ਸੁਣਦਾ ਹੁਣੀ ਜੇ ਉੱਤੋਂ ਕਰਨ ਵਾਲਾ ਹੈ ਮੰਨ ਲੋ ਕੋ ਮੁੱਖ ਮੰਤਰੀ ਆ ਗਏ ਉਹ ਕੰਨ ਵੀ ਮੈਂ ਆ ਬਦਰਾ ਕਰਦਾ ਐਸਾ ਜਾਣਾ ਹੈ ਪਰ ਸਰਕਾਰ ਕਹਿੰਦੀ ਤਾਂ ਦਿੱਦਨ ਕਰ ਨਹੀਂ ਦੇਣਾ ਆ ਹੁਣੇ ਤੁਸੀਂ ਆਜੀ ਸੱਚ ਝੂਠ ਚ ਨਹੀਂ ਮੈਂ ਜਾ ਰਿਹਾ ਜੀ ਈਡੀ ਦੇ ਛਾਪੇ ਪਏ ਨੇ ਕਾਹਦੇ ਤੇ ਮਾਈਨਿੰਗ ਤੇ ਮਾਈਨਿੰਗ ਤਾਂ ਵੀ ਉਸ ਸੂਬੇ ਦਾ ਵੱਡਾ ਹੱਕ ਆ ਉਹਦੇ ਚ ਠੀਕ ਹੈ ਸਾਡੀ ਸੂਚੀ ਵਾਲਾ ਮਾਮਲਾ ਹੈਗਾ ਪਰ ਸੂਬੇ ਦਾ ਵੀ ਕਾਨੂੰਨ ਹੈ ਤੁਸੀਂ ਮਾਈਨਿੰਗ ਚ 2018 ਦੀ ਐਫ ਆਈ ਆਰ ਮੈਂ ਇਹ ਨਹੀਂ ਕਹਿੰਦਾ ਵੀ ਉਹ ਠੀਕ ਨੇ ਮੈਂ ਨਹੀਂ ਕਹਿੰਦਾ ਉਹ ਗਲਤ ਨੇ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਫੋਲੋ ਉਹੋ ਆਪਦਾ ਜਵਾਬ ਨਹੀਂ ਦੇਣਾ ਚਾਹੀਦਾ ਜਾ ਕੇ ਆਪਦੇ ਆਪ ਨੂੰ નિર્ਦੋਸ਼ ਨਹੀਂ ਸਾਬਤ ਕਰਨਾ ਚਾਹੀਦਾ ਪਰ ਇੱਕ ਗੱਲ ਤਾਂ ਪੱਕੀ ਹੈ ਨਾ ਵੀ ਉਹਨਾਂ ਨੂੰ ਦਬਾਉਣ ਵਾਸਤੇ ਹੁਣ ਜੇ ਤੁਸੀਂ ਈਡੀ ਨੂੰ ਸੀਬੀਆਈ ਨੂੰ ਸੀਬੀਸੀ ਨੂੰ ਹਰ ਚੀਜ਼ ਨੂੰ ਹਰ ਹਰ ਬੇ ਨੂੰ ਵਰਤੀ ਜਾਣਾ ਹੈ ਤੇ ਲੋਕਾਂ ਨੂੰ ਪਾੜ ਲੈਣਾ ਆ ਵੀ ਆਜੋ ਸਾਡੇ ਕੋਲ ਆਓ ਤੁਹਾਨੂੰ ਬੈਨੀਫਿਟ ਦੇ ਦਿੰਦੇ ਆ ਉਹ ਜਾਂਦੇ ਨੇ ਛੜਿਆ ਵੀ ਜਾਂਦੇ ਨੇ ਤੇ ਉਦੋਂ ਦੁੱਧ ਉੱਤੇ ਹੋ ਜਾਂਦੇ ਨੇ ਫਿਰ ਤੁਸੀਂ ਕਿੱਥੇ ਸੋਚਦੇ ਹੋ ਵੀ ਉੱਤੋਂ ਬਦਲਾ ਆਜੂ ਬਿਲਕੁਲ ਜੇ ਕੋਈ ਕਰਨਾ ਵੀ ਚਾਹੂ ਉਹ ਤਾਂ ਆਊਗਾ ਜੇ ਉਹਦੇ ਨਾਲ ਲੋਕ ਖੜੇ ਨੇ ਜਾਂ ਫਿਰ ਉਹ ਇਸ ਗੱਲ ਦੇ ਉੱਤੇ ਤਿਆਰ ਹੋ ਜੇ ਵੀ ਚੰਗਾ ਇੱਥੇ ਕੀ ਬਲੀ ਦੇ ਦੇਣੀ ਆ ਬਲੀ ਵੀ ਬਲੀ ਦਾ ਨਹੀਂ ਤਾਂ ਕੋਈ ਚੀਜ਼ ਆ ਨਾ ਕੁਰਬਾਨੀ ਮੈਂ ਬਲੀਦਾਨ ਨਹੀਂ ਕਹਾਗਾ ਕੁਰਬਾਨੀ ਸ਼ਹੀਦੀ ਲੈ ਰਹੀਆਂ ਵੀ ਮੈਨੂੰ ਸਿਆਸਤੀ ਕੋਈ ਪੁੱਛੇ ਨਾ ਪੁੱਛੇ ਪਰ ਇਹ ਕਰਕੇ ਜਾਉਂ ਦੇਖੀ ਜੋ ਹੁੰਦਾ ਕੋਈ ਤੇ ਸਿਆਸਤਾਨ ਕੋਈ ਹੋਏਗਾ ਤਾਂ ਉਹ ਵੀ ਕਰ ਸਕਦਾ ਉਤੋਂ ਜੀ ਮੇਰਾ ਮੇਰਾ ਆਖਰੀ ਸਵਾਲ ਇਸ ਉੱਤੇ ਸੀਗਾ ਆਪਾਂ ਭਗਵੰਤ ਮਾਨ ਦੀ ਗੱਲ ਕੀਤੀ ਸੀ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੇ ਆ ਤੇ ਮੈਂ ਸੁਣ ਰਿਹਾ ਸੀ ਕਿ ਕਹਰੇ ਸੀ ਕਿ ਹੁਣ ਤਾਂ ਹਰਾ ਪੈਨ ਜਦੋਂ ਹੱਥ ਵਿੱਚ ਆ ਗਿਆ ਤਾਂ ਜਿਹੜੇ ਟੀਕੇ ਲਾਉਂਦੇ ਨੌਜਵਾਨ ਉਹਨਾਂ ਨੂੰ ਅਸੀਂ ਟਿਫਣ ਪੜਾ ਦੇਾਂਗੇ ਜੋਬ ਸੀਕਰ ਜਿਹੜੇ ਨੇ ਉਹਨਾਂ ਨੂੰ ਅਸੀਂ ਜੋਬ ਪ੍ਰੋਵਾਈਡਰ ਬਣਾਵਾਂਗੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਬਦਲਾਅ ਲਿਆ ਦੇਾਂਗੇ ਰੰਗਲਾ ਪੰਜਾਬ ਬਣ ਜਾਏਗਾ ਇਹ ਬਿਆਨਾਂ ਦੇ ਨਾਲ ਇੰਨਾ ਸੌਖਾ ਹੁੰਦਾ ਕਿ ਤੁਸੀਂ ਹੱਥਾਂ ਵਿੱਚ ਪੈਨ ਫੜ ਕੇ ਤੁਸੀਂ ਕਹੋ ਕਿ ਅਸੀਂ ਬਣ ਗਏ ਤੇ ਬਸ ਜੰਨੀ ਸਾਹਿਬ ਨੇ 111 ਦਿਨ ਹੰਢਾਏ ਨੇ ਲੋਕਾਂ ਨੇ ਵੀ ਦੇਖੇ ਨੇ ਕਿ ਕੀ ਕੁਝ ਕੀਤਾ ਯਾਰ ਆਪੈਨ ਫੜ ਕੇ ਦੇਖੋ ਜਿਹੜੇ ਹੱਲੇ ਪੈਨ ਦੀ ਗੱਲ ਕਰਦੇ ਨੇ ਇਹ ਭਗਵੰਤ ਮਾਨ ਜੀ ਉਹ ਸੁਖਵੀਰ ਬਾਦਲ ਵੀ ਕਹਿੰਦਾ ਸੀ ਨੋਟਾਂ ਦੇ ਭਰੇ ਟਰੱਕ ਆਇਆ ਕਰਨਗੇ ਮੋਦੀ ਸਾਹਿਬ ਨੇ ਵੀ ਕਿਹਾ ਸੀ ਵੀ ਮੈਂ ਜੋਬ ਪ੍ਰੋਵਾਈਡਰ ਬਣਾ ਦੇਣਾ ਤੁਹਾਨੂੰ ਜਿੱਤੇ ਤੁਸੀਂ ਜੋਬ ਸੀਕਰ ਦੀ ਬਜਾਏ ਰੋਜ਼ਗਾਰ ਰੱਬ ਨਾਲੇ ਦੀ ਬਜਾਏ ਰੋਜ਼ਗਾਰ ਦੇਣ ਵਾਲੇ ਬਣਾਵਾਂਗੇ ਇਹ ਆਪਾਂ ਨੂੰ ਪਤਾ ਵੀ ਕਿੰਨਾ ਕੋਈ ਮਿਲਿਆ ਜਿੰਨਾਂ ਕੋ ਆਏਗਾ ਵੀ ਜੀ ਉਹ ਵੀ ਘੋੜਿਆ ਤੇ ਇਸ ਇਤਨੀ ਭਗਵੰਤਬਾਨ ਦੀ ਗੱਲ ਹੈ ਭਗਵੰਤਬਾਨ ਦੀ ਦੇਸ਼ਾ ਜਿਹੜੀ ਹੈ ਠੀਕ ਹੈ ਇਮਾਨਦਾਰ ਹੈ ਹਾਰਡ ਵਰਕਰ ਹੈ ਸਭ ਕੁਝ ਹੈ ਪਰ ਉਹ ਚੋਣਾਂ ਵੇਲੇ ਬਹੁਤ ਕੁਝ ਕਹਿਣਾ ਵੀ ਪੈਂਦਾ ਉਹਨਾਂ ਨੂੰ ਮੈਨੂੰ ਕਹਿਣਾ ਵੀ ਉਹ ਕਿਉਂ ਕਹਿੰਦੇ ਨਹੀਂ ਕਹਿੰਦੇ ਪਰ ਇਹ ਸਮਝਣਾ ਕਿ ਉਹ ਸੱਚਮੁੱਚ ਹਰੇ ਪੈਨ ਨਾਲ ਸਾਰਾ ਕੁਝ ਕਰ ਦੇਣਗੇ ਇਹ ਥੋੜਾ ਔਖਾ ਲੱਗਦਾ ਹੈ ਇਹ ਠੀਕ ਹੈ ਆਪ ਪਾਰਟੀ ਦੇ ਵਿੱਚ ਅਜੇ ਤੱਕ ਕੋਈ ਕ腐ਸ਼ਨ ਦੇ ਜਾਂ ਹੋਰ ਦੇ ਦੋਸ਼ ਨਹੀਂ ਪਰ ਇਹ ਤਾਂ ਸੱਚ ਹੈ ਉਹਨਾਂ ਦੇ ਇੱਕ ਬੰਦੇ ਨੂੰ ਟਿਕਟ ਨਾ ਮਿਲਿਆ ਮੁੱਗੇ ਤੋਂ ਉਹ ਫਟਾਫਟ ਛੱਡ ਕੇ ਉਹ ਦੋ ਜੀ ਬਾੜੇ ਚੜ ਲ ਗਿਆ ਕੀ ਨਹੀਂ ਡਲੇ ਤਾਂ ਦੱਸ ਲੋ ਠੀਕ ਹੈ ਸੋ ਜੇ ਇਸ ਤਰ੍ਹਾਂ ਉਹ ਟਿਕਟ ਨਾਮ ਮੇਨ ਕਰਕੇ ਰਲ ਸਕਦੇ ਨੇ ਤੇ ਉਹ ਟਿਕਟ ਮੇਰੇ ਤੋਂ ਬਾਅਦ ਪਿੱਛੇ ਆਪਾਂ ਦੇਖ ਲੈ 10 ਟੁੱਟੇ ਜਿਹੜੇ ਭਗਵੰਤ ਮਾਨ ਸਾਹਿਬ ਤਾਂ ਸੀਐਮ ਤਾਂ ਹੀ ਰਹਿਣਗੇ ਨਾ ਜੇ ਨਾਂ ਰਹੇਗਾ ਫਲੋਕ ਉਹਨਾਂ ਦੇ ਇਸ਼ੂ ਇਹ ਸਮਝੇ ਠੀਕ ਹੈ ਉਹ ਇਮਾਨਦਾਰ ਨੇ ਉਹਨਾਂ ਤੇ ਐਮਪੀ ਲਾਈਟ ਦੇ ਉੱਤੇ ਕੋਈ ਦੋਸ਼ ਨਹੀਂ ਹੈ ਉਹਨਾਂ ਦੇ ਉੱਤੇ ਹੋਰ ਕਿਸੇ ਨੂੰ ਕੋਈ ਤੰਗ ਕਰਨ ਦੇ ਦੋਸ਼ ਨਹੀਂ ਹੈ ਹੁਣ ਤਾਜੀ ਜਿੰਨਾ ਵੀ ਪੀਰੀਅਡ ਹੈ ਔਰ ਆਪ ਦੇ ਕਿਸੇ ਐਮਐਡ ਦੇ ਤੇ ਜਿਹੜੇ ਟੁੱਟ ਗਏ ਉਹਨਾਂ ਤੇ ਵੀ ਕੋਈ ਹੈ ਜਾਂ ਦੋਸ਼ ਤਾਂ ਹੈ ਨਹੀਂ ਵੀ ਉਹ ਪੈਸੇ ਤੁਸੀਂ ਕੰਨਦੇ ਸੀ ਜਾਂ ਲੋਕਾਂ ਨੂੰ ਐਵੇਂ ਹੀ ਪਸੰਦ ਦੇ ਸੀ ਪਰ ਉਹਨਾਂ ਨੇ ਇਹ ਕੰਨੀ ਰੱਖਿਆ ਕਿਉਂਕਿ ਥਵਾਕ ਵੀ ਬਹੁਤ ਜ਼ਰੂਰੀ ਹੁੰਦਾ ਹੈ ਜੇ ਤੁਹਾਡਾ ਥਵਾਕ ਨਾ ਰਹੇ ਫਿਰ ਤਾਂ ਤੁਸੀਂ ਖਖਣੇ ਕਰਦ ਹੋ ਜਾਓਗੇ ਇਹ ਤਾਂ ਅਸਲ 'ਚ ਕਾਂਗਰਸ ਦੀ ਇਹ ਇੰਟਰਸਟ ਸੀਗਾ ਕੈਪਟਨ ਦਾ ਉਹਨਾਂ ਨੇ ਐਲੋਪੀ ਨਹੀਂ ਬਦਲਣਾ ਚਾਹੁੰਦੇ ਸੀ ਐਲੋਪੀ ਨਾ ਤੁਹਾਨੂੰ ਦੇ ਕੇ ਕਾਲੀਆਂ ਨੂੰ ਨਹੀਂ ਦੇਣਾ ਚਾਹੁੰਦੇ ਸੀ ਇੰਨੇ ਚੈਲੋ ਪੀ ਜਾ ਰਹੀ ਸੀ ਤਿੰਨਵਾਰੀ ਐਲੋਪੀ ਬਦਲ ਕੇ ਵੀ ਐਲੋਪੀ ਜਾ ਰਹੀ ਸੀ ਜਿੰਨੇ ਬੰਦੇ ਡਿਜ਼ਾਈਨ ਕਰਗੇ ਸੀ ਸੁਪੀਕਰ ਸਾਹਿਬ ਨੇ ਫੈਸਲਾ ਹੀ ਨਹੀਂ ਕਰਿਆ ਕਿਉਂਕਿ ਉਹ ਕੈਪਟਨ ਸਾਹਿਬ ਦੇ ਜਾਂ ਕਾਂਗਰਸ ਜਾਂਦੇ ਹਿੱਤ ਸੀਗੇ ਸੋ ਮੈਂ ਤਾਂ ਕਹਿਣਾ ਵੀ ਜਦ ਤੱਕ ਤੁਸੀਂ ਜੇ ਐਲੋਪੀ ਤੁਹਾਡਾ ਨਹੀਂ ਰਹਿ ਸਕਦਾ ਐਲੋਪੀ ਤਿੰਨਵਾਰੀ ਬਦਲਣਾ ਪੈ ਸਕਦਾ ਹੈ ਜੇ ਐਲੋਪੀ ਰਹਿਣ ਵਾਸਤੇ ਜਿਹੜੀ ਤੁਹਾਡੀ ਗਿਣਤੀ ਹੈ ਉਹ ਇੰਨੀ ਘਟ ਜਾਂਦੀ ਹੈ ਕਿ ਦੂਜਾ ਤੁਹਾਡੀ ਮਦਦ ਕਰ ਰਿਹਾ ਹੈ ਔਰ ਗੈਰ ਸੰਵਿਧਾਨਕ ਤਰੀਕੇ ਨਾਲ ਜੇ ਬਾਬੂ ਫਾਈਲ ਦੱਬ ਲੈਂਦਾ ਬਾਬੂ ਫਾਈਲ ਵੀ ਤਾਂ ਦਬਦੀ ਨੇ ਨਾ ਤੇ ਉਦਾਂ ਹੀ ਦਬ ਕੇ ਤੇ ਫੇਰ ਭਾਈ ਤੁਸੀਂ ਕਿਵੇਂ ਸੋਚਦੇ ਹੋ ਵੀ ਮੈਂ ਪੱਕਾ ਆ ਰਿਹਾ ਨਾ ਜਾ ਹੋਰ ਇੱਥੇ ਸਿਆਸਤ ਵਿੱਚ ਕੋਈ ਚੀਜ਼ ਪੱਕੀ ਨਹੀਂ ਹੁੰਦੀ ਇੱਥੇ ਸਭ ਕੁਝ ਕੱਚਾ ਹੈ ਤੇ ਇਹ ਹੁਣ ਅਸੀਂ ਬਰਨਾਲਾ ਸਾਹਿਬ ਦੀ ਸਰਕਾਰ ਵੇਲੇ ਹੱਸਦੇ ਹੁੰਦੇ ਵੀ ਇੱਕ ਹੱਥ ਪੱਗ ਨੂੰ ਇੱਕ ਕੁਰਸੀ ਨੂੰ ਹੈ ਮੈਨੂੰ ਲੱਗਦਾ ਇਹਨਾਂ ਦਾ ਤਾਂ ਹੁਣ ਪੜ ਪਲੀ ਇਹੀ ਕੰਮ ਰਹਿਣਾ ਹੈ ਉਹਨਾਂ ਤਾਂ ਫੇਰ ਵੀ ਕਦੇ ਥੋੜਾ ਕਰਨਾ ਚਾਰ ਦਿੰਦੇ ਨੇ ਬਹਿ ਵੀ ਜਾਂਦੇ ਸੀ ਸੋ ਅੱਜ ਸਿਆਸਤ ਜਿਹੜੀ ਹੈ ਉਹ ਆਇਆ RAM 11 RAM ਦੀ ਜੜਾ ਹੈ ਉਹਦੇ ਵਿੱਚ ਜਿਹੜੇ ਕੋਈ ਅਸੂਲ ਨੇ ਉਹ ਛਿੱਕੇ ਤੇ ਟੰਗੇ ਜਾ ਰਹੇ ਨੇ ਸਿਆਸਤ ਪਰਿਵਾਰ ਵਾਸਤੇ ਵਪਾਰ ਵਾਸਤੇ ਆਪ ਦੇ ਘਰ ਵਿੱਚ ਰੱਖਣ ਵਾਸਤੇ ਆਪ ਦੇ ਫਾਇਦੇ ਵਾਸਤੇ ਸਿਆਸਤ ਇੱਕ ਧੰਦਾ ਬਣ ਗਈ ਹੁਣ ਜਦ ਸਿਆਸਤ ਧੰਦਾ ਬਣ ਜੇ ਜਿਹੜੀ ਪਵਿੱਤਰ ਚੀਜ਼ ਹੈ ਪਵਿੱਤਰ ਕੰਮ ਜਿਹੜਾ ਹੈ ਉਹ ਧੰਦਾ ਜਦ ਬਣ ਜਾਂਦਾ ਹੈ ਉਦੋਂ ਫਿਰ ਤੁਸੀਂ ਉਹਨੂੰ ਕੁਝ ਨਹੀਂ ਕਹਿ ਸਕਦੇ ਸਿਆਸਤਾ ਜੀ ਇੱਕ ਤੰਦਾ ਬਣ ਗਈ ਹੈ ਪੈਸੇ ਕਮਾਉਣ ਦਾ ਝਰੀਆ ਬਣ ਗਈ ਹੈ ਲੋਕਾਂ ਤੇ ਰੋਹ ਪਾਉਣ ਦਾ ਝਰੀਆ ਬਣ ਗਈ ਹੈ ਆਪਦੇ ਵਿਰੋਧੀਆਂ ਨੂੰ ਸਜ਼ਾ ਦੇਵਾਉਣ ਦਾ ਝਰੀਆ ਬਣ ਗਈ ਹੈ ਸਰਕਾਰੀ ਤੰਤਰ ਨੂੰ ਵਰਤ ਕੇ ਤੇ ਆਪਜੀ ਟੌਟਪਾ ਬਣਾਉਣ ਦੇ ਝਰੀਆ ਬਣ ਗਏ ਫਿਰ ਉਦੋਂ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਵੀ ਸਸਤੋਂ ਕਿੰਨਾ ਕੁਛ ਨਿਕਲੂਗਾ। ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ। ਓਕੇ। ਉਹ ਮੇਰੇ ਨਾਲ ਮੌਜੂਦ ਸਰ ਅਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਪੰਜਾਬ ਦੀਆਂ ਚੋਣਾਂ 22 ਫਰਵਰੀ ਨੂੰ ਪੈਣੀਆਂ ਤੇ 10 ਮਾਰਚ ਨੂੰ ਨਤੀਜੇ ਉਹਨੇ ਤੈ ਲੋਕਾਂ ਨੇ ਕਰਨਾ ਕਿ ਬਦਲਾਅ ਕਿਸ ਤਰ੍ਹਾਂ ਦਾ ਚਾਹੀਦਾ ਤੇ ਕਿਹੜੇ ਉਮੀਦਵਾਰ ਨੇ ਜਿਹੜੇ ਬਦਲਾਅ ਦੇ ਵਿੱਚ ਪੰਜਾਬ ਦੇ ਭਵਿੱਖ ਨੂੰ ਸਵਾਰਨ ਦੇ ਵਿੱਚ ਅੱਗੇ ਵਧ ਸਕਦੇ ਨੇ ਉਹਨਾਂ ਦਾ ਸਾਥ ਦਿਓ